ਸੋਸ਼ਲ ਮੀਡੀਆ ਨੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਹੈ ਨਾ, ਤਾਂ ਉਦੋਂ ਔਨਲਾਈਨ ਪ੍ਰਮੋਸ਼ਨ ਦਾ ਕੰਮ ਸ਼ੁਰੂ ਹੋਇਆ, ਪਰ ਇਹ ਕਿੱਤਾ ਕਦੋਂ ਇੱਕ ਮੈਨੂਪਲੇਸ਼ਨ ਬਣ ਗਿਆ ਵਾ ਇਹਦਾ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਹੈ ਨਾ। ਇਹ ਸਿਰਫ ਇੱਕ ਭੇਡ ਚਾਲ ਆ, ਸਿਰਫ ਇੱਕ ਕੇਕ ਕੱਟਣ ਦੇ ਲਈ ਕਹਿ ਲਓ ਵਿਊਜ਼ ਲੈਣੇ ਜਾਂ ਉਹ ਸਾਰੀਆਂ ਚੀਜ਼ਾਂ, ਇੱਕ ਸਿਰਫ ਤੁਹਾਡੀ ਸੈਟੀਸਫੈਕਸ਼ਨ ਹੋ ਸਕਦੀ ਹੈ ਪਰ ਤੁਹਾਡੀ ਸਫਲਤਾ ਨਹੀਂ ਹੋ ਸਕਦੀ। ਜਦ ਤੱਕ ਇੱਦਾਂ ਦੇ ਸਿੰਗਰ ਉਹਨਾਂ ਨੂੰ ਪੈਸਾ ਦੇਣ ਲਈ ਉਹਨਾਂ ਨੂੰ ਅਪਰੋਚ ਕਰਨ ਲਈ ਬੈਠੇ ਆ, ਤਾਂ ਤਦ ਤੱਕ ਉਹਨਾਂ 'ਤੇ ਪੈਸਾ ਲਵਾ ਕੇ ਉਹਨਾਂ ਦੇ ਫੇਕ ਵਿਊ ਕਰਨ ਵਾਲੇ ਵੀ ਬੈਠੇ। ਤੁਸੀਂ ਆਪਣੇ ਮਾਂ ਬਾਪ ਨੂੰ ਕਿੱਦਾਂ ਸਮਝਾਇਆ ਕਿ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੀ ਸ਼ੌਂਕ ਹੈਗਾ, ਉਹਨਾਂ ਨੇ ਵੀ ਕੁਛ ਤੁਹਾਡੇ ਬਾਰੇ ਸੋਚਿਆ ਹੋਣਾ? ਹੋ ਸਕਦਾ ਮੈਂ ਉਹਨਾਂ ਲਈ ਅੱਜ ਵੀ ਕਾਬਲ ਨਾ ਹੋਵਾਂ, ਹੋ ਸਕਦਾ ਸਾਰੀ ਜ਼ਿੰਦਗੀ ਕਾਬਲ ਬਣਿਆ ਵਾ ਨਾ ਜਾਓ। ਜਦੋਂ ਤੁਸੀਂ ਵਿਚਰਦੇ ਹੋ ਕਿਸੇ ਵੀ ਫੀਲਡ ਦੇ ਵਿੱਚ, ਉਹਦੇ ਅੰਦਰ ਆਣ ਕੇ ਪਤਾ ਲੱਗਦਾ ਵੀ ਕਿਹੜੀ ਚੀਜ਼ ਦੀ ਕਿੰਨੀ ਕੁ ਵੈਲਿਊ, ਅਤੇ ਮੈਨੂੰ ਭਾਅ ਜੀ ਫਿਲਮ ਬਣਾਉਣੀ ਨਹੀਂ ਆ ਪਰ ਰਿਲੀਜ਼ ਕਿਵੇਂ ਕਰਨੀ ਆ, ਉਹ ਸਵਾਲ ਹੋ ਰਹਿੰਦਾ ਮੇਰਾ। ਮੇਰੀਆਂ ਹੁਣ ਤੱਕ ਜਿੰਨੀਆਂ ਫਿਲਮਾਂ ਮੈਂ ਸ਼ੂਟ ਕੀਤੀਆਂ ਸਾਰੀਆਂ ਰਿਲੀਜ਼ ਨੇ। ਇੰਡਸਟਰੀ ਦੇ ਵਿੱਚ ਛੋਟੀ ਛੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹੀ ਕਿਸੇ ਵੇਲੇ ਲੋਕ ਵੱਡੀ ਬਣਾਉਂਦੇ, ਫਿਰ ਭਲੇ 'ਤੇ 10 ਦਿਲ ਟੁੱਟ ਜਾਣ, ਕੋਈ ਨਾਰਾਜ਼ ਹੋ ਜਾਵੇ, ਕੋਈ ਇਹ ਗੱਲਾਂ ਮੈਟਰ ਨਹੀਂ ਕਰਦੀਆਂ। ਨਿਊਜ਼ ਨੰਬਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਰੰਗ ਪੰਜਾਬ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਸ਼ਾਮ ਦਾ ਵੇਲਾ ਅਤੇ ਮੌਸਮ ਬੜਾ ਸੋਹਣਾ ਬਣਿਆ ਹੋਇਆ ਅਤੇ ਅੱਜ ਦਾ ਪ੍ਰੋਗਰਾਮ ਬਹੁਤ ਖਾਸ ਹੈ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਇੱਕ ਨਹੀਂ ਦੋ ਮਹਿਮਾਨ ਹੋਣਗੇ ਜਿਨ੍ਹਾਂ ਨੂੰ ਅਸੀਂ ਵਾਰੀ ਵਾਰੀ ਤੁਹਾਡੇ ਰੂਬਰੂ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ੋਰਟ ਫਿਲਮ ਰਿਲੀਜ਼ ਹੋਈ ਹੈ, ਰੇਤ ਮਾਫੀਆ ਦਾ ਪੰਜਾਬ ਦੇ ਵਿੱਚ ਬੜਾ ਰੌਲਾ ਰਿਹਾ, ਪਰ ਔਨਲਾਈਨ ਮਾਫੀਆ ਜਿਹੜਾ ਹੈਗਾ ਆ ਉਹ ਪੰਜਾਬੀ ਇੰਡਸਟਰੀ ਦੇ ਉੱਪਰ ਆਪਣਾ ਪੂਰਾ ਦਬਦਬਾ ਬਣਾ ਚੁੱਕਿਆ ਅਤੇ ਕਹਿ ਸਕਦੇ ਹਾਂ ਕਿ ਇੱਕ ਗੈਂਗ ਦੇ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ। ਸੋ ਇਹ ਮੁਸ਼ਕਿਲ ਵੀ ਬਣਦੀ ਜਾ ਰਹੀ ਹੈ, ਸਮੱਸਿਆ ਵੀ ਆ ਅੱਜ ਕੱਲ੍ਹ ਦੇ ਟਾਈਮ ਦੀ, ਕਿਉਂਕਿ ਜਿਹੜੇ ਔਨਲਾਈਨ ਮਾਫੀਆ ਜਿਹੜੇ ਕਿ ਔਨਲਾਈਨ ਪ੍ਰਮੋਸ਼ਨ ਦੇ ਲਈ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ, ਸੋ ਨਵੇਂ ਆ ਰਹੇ ਗਾਇਕਾਂ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਨੇ, ਪੈਸੇ ਲੈ ਲੈਂਦੇ ਨੇ ਉਹਨਾਂ ਦੇ ਗਾਣਿਆਂ ਨੂੰ ਸਪਰੈਡ ਕਰਨ ਦੇ ਲਈ ਜਾਂ ਫਿਰ ਹਿੱਟ ਕਰਨ ਦੇ ਲਈ। ਸੋ ਇਹ ਕਿਉਂ ਫਿਲਮ ਬਣਾਈ ਗਈ ਆ ਅਤੇ ਕਿਹਨਾਂ ਵੱਲੋਂ ਬਣਾਈ ਗਈ ਆ? ਸਿਮਰਨਜੀਤ ਸਿੰਘ ਹੁੰਦਲ ਹੋਰਾਂ ਦਾ ਨਾਂ ਪੰਜਾਬੀ ਇੰਡਸਟਰੀ ਦੇ ਵਿੱਚ ਕੌਣ ਨਹੀਂ ਜਾਣਦਾ, ਜਿਹੜੇ ਜੱਟ ਬੋਇਜ਼ ਵਰਗੀਆਂ ਫਿਲਮਾਂ ਨੂੰ ਹੁਣ ਤੱਕ ਡਾਇਰੈਕਟ ਕਰ ਚੁੱਕੇ ਨੇ ਅਤੇ 25 ਕਿੱਲੇ ਵਰਗੀਆਂ ਫਿਲਮਾਂ ਉਹਨਾਂ ਨੇ ਲਿਖੀਆਂ ਵੀ ਨੇ ਅਤੇ ਡਾਇਰੈਕਟ ਵੀ ਕੀਤੀਆਂ ਨੇ। ਸੋ ਸਿਮਰਨਜੀਤ ਸਿੰਘ ਹੁੰਦਲ ਹੋਰਾਂ ਨੂੰ ਆਪਾਂ ਤੁਹਾਡੇ ਰੂਬਰੂ ਕਰਾਂਗੇ, ਪਰ ਉਸ ਫਿਲਮ ਦੇ ਵਿੱਚ ਜਿਹੜੀ ਸ਼ਾਰਟ ਫਿਲਮ ਦੀ ਮੈਂ ਗੱਲ ਕਰ ਰਹੀ ਹਾਂ ਔਨਲਾਈਨ ਮਾਫੀਆ, ਉਹਦੇ ਵਿੱਚ ਇੱਕ ਖੂਬਸੂਰਤ ਕਿਰਦਾਰ ਕੀਤਾ, ਗਾਇਕ ਉਹਦੇ ਵਿੱਚ ਬਣੇ ਹੋਏ ਨੇ ਲਾਡੀ ਸ਼ਿਕਾਰੀ ਹੋਰੀ, ਅਤੇ ਅੱਜ ਸਾਡੇ ਨਾਲ ਨੇ ਲਾਡੀ ਚੀਮਾ ਹੋਰੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ। ਲਾਡੀ ਸ਼ਿਕਾਰੀ ਕਹੀਏ ਕਿ ਲਾਡੀ ਚੀਮਾ? ਲਾਡੀ ਚੀਮਾ ਹੀ ਕਹੋ ਜੀ। ਜੀ ਜੀ, ਅਤੇ ਪਿਛਲੇ ਕਾਫੀ ਟਾਈਮ ਤੋਂ ਤੁਸੀਂ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਬਤੌਰ ਡਾਇਰੈਕਟਰ, ਬਤੌਰ ਮਾਡਲ, ਹੈ ਨਾ, ਅਤੇ ਪਰ ਐਕਟਿੰਗ ਦੀ ਜਿਹੜੀ ਆਪਾਂ ਕਹੀਏ ਕਿ ਇਸ ਸ਼ਾਰਟ ਫਿਲਮ ਦੇ ਨਾਲ ਤੁਸੀਂ ਆਪਣੀ ਸ਼ੁਰੂਆਤ ਕੀਤੀ ਆ ਔਨਲਾਈਨ ਮਾਫੀਆ, ਪਹਿਲਾਂ ਤਾਂ ਮੈਂ ਚਾਹੂੰਗੀ ਕਿ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅਤੇ ਕੀ ਕੰਮ ਤੁਸੀਂ ਹੁਣ ਤੱਕ ਇੰਡਸਟਰੀ ਦੇ ਵਿੱਚ ਕੀਤਾ ਆ? ਮੇਰਾ ਜੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਉੱਡਾ ਸੈਦੇ ਵਾਲਾ, ਅਤੇ ਮੈਂ ਅੱਜ ਤੋਂ 4 ਸਾਲ ਪਹਿਲਾਂ ਇੰਡਸਟਰੀ ਦੇ ਵਿੱਚ ਆਇਆ ਸੀਗਾ। ਮੇਰੇ ਜੀਜਾ ਜੀ ਨੇ ਹਰਕੀਰਤ ਸਿੰਘ ਜੀ, ਅਤੇ ਉਹਨਾਂ ਦੇ ਥਰੂ ਹਰਫ ਚੀਮਾ ਵੀਰੇ ਨਾਲ ਮੇਰੀ ਇੰਟਰਵਿਊ ਹੋਈ, ਤਾਂ ਮੈਂ ਵਿਰਸਾ ਆਰਟ ਦੇ ਟੱਚ 'ਚ ਆਇਆ, ਅਤੇ ਉਹਨਾਂ ਨਾਲ ਮੈਂ ਐਜ਼ ਏ ਅਸਿਸਟ ਕਾਫੀ ਸੌਂਗਸ ਕੀਤੇ, ਅਤੇ ਉਸ ਤੋਂ ਬਾਅਦ ਜਿਹੜਾ ਮੇਰਾ ਮੇਨ ਏਮ ਹੈਗਾ ਉਹ ਡਾਇਰੈਕਸ਼ਨ ਦਾ ਹੀ ਹੈ, ਅਤੇ ਖੁਦ ਵੀ ਮੈਂ ਹੁਣ ਤੱਕ 17 ਤੋਂ 18 ਗਾਣੇ ਜਿਹੜੇ ਹੈਗੇ ਐਜ਼ ਏ ਡਾਇਰੈਕਟਰ ਕਰ ਚੁੱਕਿਆ ਜੀ। ਅਤੇ ਇਹ ਇੰਨਾ ਕੰਮ ਕਰਨ ਤੋਂ ਬਾਅਦ ਹੀ ਕਿਉਂ ਸੋਚਿਆ ਵੀ ਹੁਣ ਐਕਟਿੰਗ 'ਚ ਆਈਏ, ਕਿਉਂਕਿ ਅੱਜ ਕੱਲ੍ਹ ਤਾਂ ਲੋਕਾਂ ਕੋਲ ਵੱਡਾ ਪਲੇਟਫਾਰਮ ਹੈਗਾ, ਯੂਟਿਊਬ ਚੈਨਲਸ ਆਪਣੇ ਬਣਾਓ, ਆਪਣੀਆਂ ਫਿਲਮਾਂ ਬਣਾ ਕੇ ਅਪਲੋਡ ਕਰਦੇ ਰਹੋ ਜੀ? ਐਕਟਿੰਗ 'ਚ ਆਉਣਾ ਇਸ ਤਰ੍ਹਾਂ ਸੀਗਾ ਕਿ ਹੁੰਦਲ ਭਾਅ ਜੀ ਨਾਲ ਕਾਫੀ ਟਾਈਮ ਤੋਂ ਬਹੁਤ ਸਾਰਾ ਪਿਆਰ ਆ, ਅਸੀਂ ਹਮੇਸ਼ਾ ਇਕੱਠੇ ਉੱਠਦੇ ਬੈਠਦੇ ਹਾਂ ਜੀ, ਤਾਂ ਭਾਅ ਜੀ ਇੱਕ ਦਿਨ ਕਹਿ ਰਹੇ ਸੀਗੇ ਕਿ ਆਪਾਂ ਨੂੰ ਇੱਦਾਂ ਦਾ ਕੁਛ ਕਰਨਾ ਚਾਹੀਦਾ, ਥੋੜ੍ਹਾ ਸੋਸ਼ਲ, ਸਾਡਾ ਕਾਫੀ ਟਾਈਮ ਤੋਂ ਇਸ ਚੀਜ਼ ਦੇ ਉੱਪਰ ਸਬਜੈਕਟ 'ਤੇ ਵਰਕ ਚੱਲ ਰਿਹਾ ਸੀਗਾ। ਸੋ ਇੱਕ ਦਿਨ ਫਾਈਨਲ ਕੀਤਾ, ਜਦੋਂ ਮੈਂ ਉਹ ਸਟੋਰੀ ਭਾਅ ਜੀ ਨਾਲ ਬੈਠ ਕੇ ਲਿਖ ਰਿਹਾ ਸੀਗਾ, ਤਾਂ ਮੈਨੂੰ ਲੱਗਿਆ ਕਿ ਭਾਅ ਜੀ ਮੈਂ ਇਹ ਕਰੈਕਟਰ ਕਰੂੰਗਾ। ਭਾਅ ਜੀ ਕਹਿੰਦੇ ਠੀਕ ਹੈ ਅਗਰ ਤੂੰ ਕਰ ਸਕਦਾ। ਸੋ ਮੈਂ ਪਹਿਲਾਂ 1 ਸਾਲ ਥੀਏਟਰ ਕੀਤਾ, ਥੀਏਟਰ ਤੋਂ ਬਿਲੋਂਗ ਕਰਨ ਕਰਕੇ ਮੈਨੂੰ ਚੰਗਾ ਲੱਗਿਆ, ਅਤੇ ਸੋ ਇਸ ਕਰਕੇ ਉਹ ਫਾਈਨਲ ਹੋ ਗਿਆ ਜੀ। ਅਤੇ ਇਹ ਜਿਹੜੀ ਫਿਲਮ ਤੁਸੀਂ ਬਣਾਈ ਹੈ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਆ, ਹੈ ਨਾ, ਔਨਲਾਈਨ ਮਾਫੀਆ ਨਾਂ ਵੀ ਤੁਸੀਂ ਬੜਾ ਸੂਟੇਬਲ ਚੂਜ਼ ਕੀਤਾ ਇਸ ਫਿਲਮ ਦੇ ਲਈ, ਅਤੇ ਇਹ ਜਿਹੜਾ ਇਸ ਵੇਲੇ ਸਿਨੈਰੀਓ ਮਿਊਜ਼ਿਕ ਇੰਡਸਟਰੀ ਦਾ ਬਣਿਆ ਹੋਇਆ ਕਿ ਜਿਹੜੇ ਰੱਬ ਬਣੇ ਬੈਠੇ ਨੇਗੇ ਉਹ ਬੰਦੇ, ਹੈ ਨਾ, ਜਿਹੜੇ ਕਿ ਔਨਲਾਈਨ ਪ੍ਰਮੋਸ਼ਨਸ ਕਰਦੇ ਨੇਗੇ, ਵੀ ਸਾਡੀ ਮਰਜ਼ੀ ਤੋਂ ਬਿਨਾਂ ਤਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੱਤਾ ਨਹੀਂ ਹਿੱਲਦਾ, ਤੁਹਾਡਾ ਗਾਣਾ ਹਿੱਟ ਹੋਣਾ ਤਾਂ ਬਹੁਤ ਵੱਡੀ ਗੱਲ ਆ, ਹੈ ਨਾ। ਸੋ ਇਸ ਸਿਨੈਰੀਓ ਬਾਰੇ ਤੁਸੀਂ ਕੀ ਕਹੋਗੇ, ਕਿਉਂਕਿ ਤੁਸੀਂ ਇਸ ਮੁੱਦੇ 'ਤੇ ਫਿਲਮ ਬਣਾਈ ਆ, ਉਹਦੇ ਵਿੱਚ ਐਕਟ ਤੁਸੀਂ ਕੀਤਾ ਆ? ਐਕਚੁਲੀ ਸਾਡੇ ਬਹੁਤ ਸਾਰੇ ਦੋਸਤ ਸੀਗੇ ਜਿਹੜੇ ਇੰਡਸਟਰੀ ਦੇ ਵਿੱਚ ਨਵੇਂ ਆਏ, ਜਿਨ੍ਹਾਂ ਨੇ ਘਰੋਂ ਬਹੁਤ ਸਾਰਾ ਪੈਸਾ ਖਰਾਬ ਕੀਤਾ,
ਉਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਸੀਗੇ ਜਾਂ ਉਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਸੀ ਤਾਂ ਸਾਨੂੰ ਲੱਗਦਾ ਸੀਗਾ ਕਿ ਇਹ ਸਿਰਫ਼ ਇੱਕ ਭੇਡ ਚਾਲ ਆ, ਬੰਦਾ ਲੱਖਾਂ ਰੁਪਏ ਵੇਸਟ ਕਰਕੇ ਸਿਰਫ਼ ਇੱਕ ਕੇਕ ਕੱਟਣ ਦੇ ਲਈ ਕਹਿ ਲਓ, ਜਾਂ ਇੱਕ ਬੰਦੇ ਦੀ ਇੱਕ ਮਾਨਸਿਕਤਾ ਇੱਕ ਐਸੀ ਜੁੜੀ ਹੋਈ ਹੈ ਕਿ ਉਹਨੂੰ ਲੱਗਦਾ ਕਿ ਮੈਂ ਸਫਲ ਹੋ ਗਿਆ, ਪਰ ਉਹ ਆਪਣੇ ਆਪ ਦੇ ਨਾਲ ਹੀ ਇੱਕ ਧੋਖਾ ਕਰ ਰਿਹਾ। ਸੋ ਅਸੀਂ ਚਾਹੁੰਦੇ ਸੀਗੇ ਕਿ ਇੱਕ ਇੱਦਾਂ ਦਾ ਸਬਜੈਕਟ ਲੋਕਾਂ ਸਾਹਮਣੇ ਆਵੇ। ਜ਼ਿਆਦਾ ਤਾਂ ਮੈਨੂੰ ਲੱਗਦਾ ਇੱਥੇ ਜਿਹੜੀ ਭੇਡ ਚਾਲ ਆ ਇਹ ਕਦੇ ਵੀ ਰੁਕ ਨਹੀਂ ਸਕਦੀ, ਪਰ ਕੁਛ ਕੁ ਲੋਕਾਂ ਨੂੰ ਅਸੀਂ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਉਹਨਾਂ ਘਰਾਂ ਤੋਂ ਬਿਲੋਂਗ ਕਰਦੇ ਹੋ, ਸ਼ਾਇਦ ਤੁਹਾਡੇ ਮਾਂ ਬਾਪ ਕੋਲ ਉਹਨਾਂ ਕੀ ਪੈਸਾ ਜਿੰਨਾ ਕੁ ਤੁਸੀਂ ਉਹਨਾਂ ਦਾ ਘਰੋਂ ਫੜ ਕੇ ਵਰਤ ਲਿਆ ਜਾਂ ਤੁਸੀਂ ਉਹਨਾਂ ਨੂੰ ਵੇਸਟ ਕਰਤਾ। ਸੋ ਅਗਰ ਤੁਹਾਡੇ ਕੋਲ ਕੋਈ ਕਲਾ ਹੈ ਤਾਂ ਤੁਸੀਂ ਇਸ ਲਾਈਨ 'ਚ ਜ਼ਰੂਰ ਆਓ, ਪਰ ਵਿਊਜ਼ ਲੈਣੇ ਜਾਂ ਉਹ ਸਾਰੀਆਂ ਚੀਜ਼ਾਂ ਇੱਕ ਸਿਰਫ ਤੁਹਾਡੀ ਸੈਟੀਸਫੈਕਸ਼ਨ ਹੋ ਸਕਦੀ ਹੈ ਪਰ ਤੁਹਾਡੀ ਸਫਲਤਾ ਨਹੀਂ ਹੋ ਸਕਦੀ। ਜੀ, ਅਤੇ ਇਹ ਤਾਂ ਹੋ ਗਈ ਉਹਨਾਂ ਗਾਇਕਾਂ ਬਾਰੇ ਗੱਲ, ਹੈ ਨਾ, ਪਰ ਜਿਹੜੇ ਧੰਦਾ ਕਰਦੇ ਨੇ, ਵੈਸੇ ਜੇ ਆਪਾਂ ਬਾਈ ਪ੍ਰੋਫੈਸ਼ਨ ਦੇਖੀਏ, ਚਲੋ ਇਹ ਇੱਕ ਨਵਾਂ ਕਿੱਤਾ ਸ਼ੁਰੂ ਹੋ ਗਿਆ ਕਿ ਤੁਸੀਂ ਚੀਜ਼ਾਂ ਨੂੰ, ਕਿਉਂਕਿ ਹੁਣ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਰਿਹਾ ਇਸ ਵੇਲੇ, ਹੈ ਨਾ, ਅਤੇ ਲੋਕਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਆ ਕੇ ਉਹਨਾਂ ਨੂੰ, ਸੋਸ਼ਲ ਮੀਡੀਆ ਨੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਆ, ਹੈ ਨਾ, ਤਾਂ ਉਦੋਂ ਔਨਲਾਈਨ ਪ੍ਰਮੋਸ਼ਨ ਦਾ ਕੰਮ ਸ਼ੁਰੂ ਹੋਇਆ, ਪਰ ਇਹ ਕਿੱਤਾ ਕਦੋਂ ਇੱਕ ਮੈਨੀਪੂਲੇਸ਼ਨ ਬਣ ਗਿਆ ਵਾ ਇਹ ਤਾਂ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ, ਹੈ ਨਾ, ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਕ ਤਾਂ ਚਲੋ ਗਾਇਕ ਨੇ ਜਿਹੜੇ ਲੱਖਾਂ ਰੁਪਈਆ ਆਪਣੇ ਗਾਣੇ ਨੂੰ ਹਿੱਟ ਕਰਾਉਣ ਲਈ ਦਿੰਦੇ ਨੇ ਗੇ ਜਾਂ ਨਕਲੀ ਵਿਊਜ਼ ਲੈਣ ਲਈ ਦਿੰਦੇ ਨੇ, ਪਰ ਉਹਨਾਂ ਲੋਕਾਂ ਬਾਰੇ ਤੁਹਾਡੇ ਕੀ ਕਹਿਣਾ ਆ ਜਿਹੜੇ ਕਿ ਉਹ ਪੈਸਾ ਲੈਂਦੇ ਨੇ? ਜੀ, ਬਹੁਤ ਵਧੀਆ ਸਵਾਲ ਪੁੱਛਿਆ ਭੈਣੇ। ਉਹਨਾਂ ਲੋਕਾਂ ਲਈ ਮੈਂ ਜਦੋਂ ਇਹ ਫਿਲਮ ਰਿਲੀਜ਼ ਹੋ ਗਈ ਤਾਂ 2 ਦਿਨ ਬਾਅਦ ਮੈਂ ਗੱਲ ਸ਼ੇਅਰ ਕਰਨੀ ਚਾਹੁੰਦਾ। ਸਾਡੇ ਇੱਦਾਂ ਦੇ 2-4 ਦੋਸਤ ਹੈਗੇ ਆ ਜਿਨ੍ਹਾਂ ਨੂੰ ਲੱਗਿਆ ਕਿ ਅਸੀਂ ਸ਼ਾਇਦ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਾਂ ਉਹਨਾਂ ਦੇ ਨਾਮ ਨੂੰ ਅਸੀਂ ਮੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਐਸਾ ਕੁਛ ਵੀ ਨਹੀਂ ਸੀਗਾ। ਫੋਲਡ ਮੀਡੀਆ, ਹਾਂਜੀ, ਥੋਕ ਨੈਟਵਰਕ, ਥੋਕ ਨੈਟਵਰਕ, ਤੇ ਪਰ ਉਹ ਚੀਜ਼ ਇੱਦਾਂ ਦੀ ਕੁਛ ਵੀ ਨਹੀਂ ਹੈਗੀ ਸੀਗੀ। ਅਸੀਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਇੱਕ ਵੈਸੀ ਮਾਇੰਡ ਦਾ ਇੱਕ ਵਿਜ਼ਨ ਆ, ਕਿਉਂਕਿ ਥੋਕ ਮੀਡੀਆ ਐਜ਼ ਏ ਜਿੱਦਾਂ ਕਿਸੇ ਨੂੰ ਠੋਕਣਾ, ਅਤੇ ਉਸ ਚੀਜ਼ ਨੂੰ ਲੈ ਕੇ ਇਹ ਜਿਹੜਾ ਮਾਫੀਆ ਹੈਗਾ ਉਹ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਰਿਹਾ। ਸਾਨੂੰ ਬਹੁਤ ਜ਼ਿਆਦਾ ਕਾਲਾਂ ਆਈਆਂ ਕਿ ਤੁਸੀਂ ਇਹ ਚੀਜ਼ਾਂ ਸਾਡੇ 'ਤੇ ਤੁਸੀਂ ਬਲੇਮ ਕਰ ਰਹੇ ਹੋ, ਤੁਸੀਂ ਸਾਡੇ ਬਾਰੇ ਬੋਲ ਰਹੇ ਹੋ। ਇਹ ਬੰਦੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਲਾਈਫ 'ਚ ਇਹ ਚੀਜ਼ ਕਦੇ ਵੀ ਰੁਕੂਗੀ, ਕਿਉਂਕਿ ਜਦ ਤੱਕ ਇੱਦਾਂ ਦੇ ਸਿੰਗਰ ਉਹਨਾਂ ਨੂੰ ਪੈਸਾ ਦੇਣ ਲਈ, ਉਹਨਾਂ ਨੂੰ ਅਪਰੋਚ ਕਰਨ ਲਈ ਬੈਠੇ ਆ, ਤਾਂ ਤਦ ਤੱਕ ਉਹਨਾਂ 'ਤੇ ਪੈਸਾ ਲਵਾ ਕੇ ਉਹਨਾਂ ਦੇ ਫੇਕ ਵਿਊ ਕਰਨ ਵਾਲੇ ਵੀ ਬੈਠੇ ਆ। ਅਤੇ ਇਹ ਵੀ ਇੰਡਸਟਰੀ ਦੇ ਵਿੱਚ ਹੈਗਾ ਕਿ ਅੱਜ ਕੱਲ੍ਹ ਤਾਂ ਰਿਹਾ ਹੀ ਨਹੀਂ ਹੈਗਾ ਕਿ ਜੇ ਤੁਸੀਂ ਕਹੋ ਮੇਰਾ 1 ਮਿਲੀਅਨ ਵਿਊਜ਼ ਹੋ ਗਏ ਨੇ ਤਾਂ ਆਡੀਅੰਸ ਉਸ ਚੀਜ਼ 'ਤੇ ਯਕੀਨ ਹੀ ਨਹੀਂ ਕਰਦੀ, ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਹੁਣ 1 ਮਿਲੀਅਨ ਵਿਊਜ਼ ਹੁੰਦੇ ਕਿਵੇਂ ਨੇਗੇ, ਹੈ ਨਾ। ਸੋ ਬਹੁਤ ਵਧੀਆ ਜਿਹੜਾ ਇੱਕ ਐਫਰਟਸ ਤੁਹਾਡੀ ਟੀਮ ਵੱਲੋਂ, ਤੁਹਾਡੇ ਵੱਲੋਂ ਸਿਮਰਨਜੀਤ ਹੁੰਦਲ ਜਿਨ੍ਹਾਂ ਨੂੰ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਅੱਗੇ ਜਾ ਕੇ ਜੁਆਇਨ ਕਰਨਾ ਆ। ਸੋ ਬਹੁਤ ਵਧੀਆ ਐਫਰਟਸ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ, ਅਤੇ ਉਮੀਦ ਕਰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਇੱਦਾਂ ਦੇ ਸੋਸ਼ਲ ਕੌਜ਼ ਨੂੰ ਲੈ ਕੇ ਜਾਂ ਫਿਰ ਜੋ ਇੰਡਸਟਰੀ ਦੇ ਵਿੱਚ ਖਾਸ ਤੌਰ 'ਤੇ ਹੋ ਰਿਹਾ, ਕਹਿੰਦੇ ਹੁੰਦੇ ਨੇ ਕਿ ਕਰਨ ਨਾਲੋਂ ਸਹਿਣਾ ਮਾੜੀ ਗੱਲ ਹੁੰਦੀ ਹੈ, ਹੈ ਨਾ। ਸੋ ਉਹਨਾਂ ਚੀਜ਼ਾਂ 'ਤੇ ਜਿੰਨੀ ਦੇਰ ਤੱਕ ਆਪਾਂ ਬੋਲਾਂਗੇ ਨਹੀਂ, ਉਹ ਚੀਜ਼ਾਂ ਕਦੇ ਵੀ ਹੋਣੀਆਂ ਬੰਦ ਨਹੀਂ ਹੋਣਗੀਆਂ, ਹੈ ਨਾ। ਅਤੇ ਤੁਹਾਡੇ ਬਾਰੇ ਜਦੋਂ ਆਪਾਂ ਜਾਣਦੇ ਹਾਂ, ਤੁਸੀਂ ਵੈਟਨਰੀ ਡਾਕਟਰ ਦਾ ਵੀ ਕੋਰਸ ਕੀਤਾ ਹੋਇਆ, ਹੈ ਨਾ। ਸੋ ਇਹ ਡੰਗਰਾਂ ਦੇ ਡਾਕਟਰ ਇੱਧਰ ਨੂੰ ਕਿੱਦਾਂ ਆ ਗਏ ਨੇ? ਐਕਚੁਲੀ ਜਦੋਂ ਮੈਂ ਕੋਰਸ ਕਰਦਾ ਸੀਗਾ ਤਾਂ ਉਸ ਤੋਂ ਬਾਅਦ ਮੈਨੂੰ ਜੋਬ ਵੀ ਔਫਰ ਹੋਈ, ਅਤੇ ਮੈਂ ਥੋੜ੍ਹੇ ਟਾਈਮ ਲਈ ਜੋਬ ਕੀਤੀ ਵੀ। ਮੈਂ ਇੱਕ ਪ੍ਰਾਈਵੇਟ ਮਤਲਬ ਐਕਸਪੀਰੀਅੰਸ ਲੈਣ ਲਈ ਇੱਕ ਡਾਕਟਰ ਨਾਲ ਜੋਬ ਕਰਦਾ ਸੀਗਾ, ਪਰ ਜਦੋਂ ਮੈਂ ਐਕਚੁਅਲੀ ਗੱਲ ਇਹ ਆ ਵੀ ਜਦੋਂ ਮੈਂ ਮੱਝਾਂ ਦੇ ਟੀਕੇ ਲਾਉਂਦਾ ਸੀ ਤਾਂ ਮੈਨੂੰ ਮਤਲਬ ਚੰਗਾ ਨਹੀਂ ਸੀ ਲੱਗਦਾ, ਮੈਨੂੰ ਖੁਦ ਨੂੰ ਬਹੁਤ ਇੱਦਾਂ ਲੱਗਦਾ ਹੁੰਦਾ ਸੀ ਕਿ ਸ਼ਾਇਦ ਇਹ ਫੀਲਡ ਨਹੀਂ ਹੈਗਾ। ਫਿਰ ਨਾਲ ਨਾਲ ਥੀਏਟਰ ਕਰਨਾ ਤਾਂ ਹੌਲੀ ਹੌਲੀ ਉਸ ਚੀਜ਼ ਤੋਂ ਬਾਹਰ, ਮੇਰਾ ਇੱਕ ਦੋਸਤ ਹੈ ਅੱਜ ਦੀ ਡੇਟ 'ਚ ਉਹ ਬੰਬੇ ਆ, ਤਾਂ ਉਹਨਾਂ ਨੇ ਮੈਨੂੰ ਇੱਕ ਵਾਰ ਫਸਟ ਟਾਈਮ ਬੁਲਾਇਆ ਜਦੋਂ ਕਲੀਅਰ ਕੰਟ ਦਾ ਗਾਣਾ ਸ਼ੂਟ ਹੋਣਾ ਸੀਗਾ, ਅਤੇ ਉਦੋਂ ਮੈਂ ਆਇਆ ਸਟਾਰਟਿੰਗ 'ਚ ਤਾਂ ਮੈਨੂੰ ਲੱਗਿਆ ਠੀਕ ਹੈ ਮੈਨੂੰ ਉਹ ਫੀਲਡ ਛੱਡ ਕੇ ਮੈਂ ਇਹੀ ਫੀਲਡ ਜਿਹੜਾ ਹੈਗਾ ਉਹ ਜੁਆਇਨ ਕਰਨਾ, ਅਤੇ ਸੋ ਫੈਮਿਲੀ ਨੇ ਵੀ ਵਧੀਆ ਸਪੋਰਟ ਕੀਤੀ ਅਤੇ ਹਾਲੇ ਕਰ ਵੀ ਰਹੇ ਆ ਸਾਰੇ। ਅੱਛਾ, ਅਤੇ ਬਹੁਤ ਕੰਮ ਤੁਸੀਂ ਇੰਡਸਟਰੀ ਦੇ ਵਿੱਚ ਕਰ ਚੁੱਕੇ ਹੋ, ਅਤੇ ਅੱਜ ਦੀ ਟੌਕ ਸ਼ਾਇਦ ਉਹ ਕਾਫੀ ਨਹੀਂ ਹੋਊਗੀ ਤੁਹਾਡੇ ਕੰਮ ਨੂੰ, ਆਪਾਂ ਜੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਨਾ ਹੋਵੇ, ਅਤੇ ਸੌਂਗ ਡਾਇਰੈਕਟ ਵੀ ਤੁਸੀਂ ਕੀਤੇ ਨੇ, ਬਤੌਰ ਮਾਡਲ ਵੀ ਤੁਸੀਂ ਕੰਮ ਕੀਤਾ ਆ, ਹੈ ਨਾ, ਅਤੇ ਹੁਣ ਤੁਸੀਂ ਬਤੌਰ ਐਕਟਰ ਵੀ ਆ ਚੁੱਕੇ ਹੋ, ਸ਼ਾਰਟ ਫਿਲਮ ਦੇ ਨਾਲ ਤੁਸੀਂ ਆਪਣਾ ਡੈਬਿਊ ਕੀਤਾ ਆ, ਅਤੇ ਅੱਗੇ ਹੋਰ ਕੀ ਇੰਡਸਟਰੀ ਦੇ ਵਿੱਚ ਪਲਾਨਸ ਚੱਲ ਰਹੇ ਨੇ ਤੁਹਾਡੇ, ਹੋਰ ਕਿੱਦਾਂ ਦਾ ਕੰਮ, ਕਿਉਂਕਿ ਜੇ ਤੁਸੀਂ ਮੀਡੀਆ ਕਵਰੇਜ ਵੀ ਦੇਖਦੇ ਹਾਂ ਤਾਂ ਉੱਥੇ ਵੀ ਤੁਹਾਡਾ ਨਾਮ ਆਉਂਦਾ ਆ, ਹੈ ਨਾ, ਅਤੇ ਅੱਗੇ ਕੀ ਕੰਮ ਕਰ ਰਹੇ ਹੋ? ਅੱਗੇ ਦੀ ਇਹ ਚੱਲ ਰਿਹਾ ਹੈਗਾ ਕਿ ਕੁਛ ਮੂਵੀਜ਼ ਹੈਗੀਆਂ ਨੇ ਜਿਹੜੀਆਂ ਅਸਿਸਟ ਕਰਨੀਆਂ ਨੇ ਪਹਿਲਾਂ, ਅਤੇ ਸੌਂਗਸ ਜਿੱਦਾਂ ਚੱਲ ਰਹੇ ਨੇ ਉਹ ਹਮੇਸ਼ਾ ਚੱਲਦੇ ਰਹਿਣਗੇ। ਕਾਫੀ ਸਿੰਗਰਸ ਅੱਗੇ ਸੰਗਰਾਮ ਵੀਰੇ ਦਾ ਜਾਂ ਹੋਰ 1-2 ਨਵੇਂ ਸਿੰਗਰਾਂ ਦੇ, ਪੰਮਾ ਡੂਮੇਵਾਲ ਵੀਰਾ, ਉਹਨਾਂ ਦੇ ਗਾਣੇ ਆ ਰਹੇ ਨੇ ਜਿਹੜੇ ਰਿਲੀਜ਼ ਹੋਣੇ ਨੇਗੇ। ਉਸ ਤੋਂ ਬਾਅਦ 2-4 ਫੀਚਰ ਫਿਲਮਾਂ ਜਿਹੜੀਆਂ ਐਜ਼ ਏ ਅਸਿਸਟੈਂਟ ਡਾਇਰੈਕਟਰ ਕਰਨੀਆਂ ਸ਼ੁਰੂ ਕਰਨੀਆਂ, ਅਤੇ ਉਸ ਤੋਂ ਬਾਅਦ ਰੱਬ ਨੇ ਚਾਹਿਆ ਤਾਂ ਕਦੇ ਫਿਲਮ ਵੀ ਜ਼ਰੂਰ ਕਰਾਂਗੇ। ਜੀ, ਤੁਸੀਂ ਅਸਿਸਟੈਂਟ ਡਾਇਰੈਕਟਰ ਦੀ ਗੱਲ ਕੀਤੀ ਹੈ, ਬਤੌਰ ਅਸਿਸਟੈਂਟ ਡਾਇਰੈਕਟਰ ਤੁਸੀਂ ਬਹੁਤ ਸਾਰੀਆਂ ਫਿਲਮ
ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਅਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ। ਜਿੱਦਾਂ ਜਿੱਦਾਂ ਮੈਂ ਪਿੱਛੇ ਕਾਫੀ ਫਿਲਮਾਂ ਦੇਖਦਾ ਜੋ ਫਿਲਮਾਂ ਪਿੰਡਾਂ ਤੇ ਬਣਦੀਆਂ ਨੇ ਹਾਸੇ ਠੱਟੇ, ਐਕਚੁਅਲ 'ਚ ਉਹ ਪਿੰਡਾਂ ਦਾ ਮਾਹੌਲ ਹੈ ਹੀ ਨਹੀਂ ਜੋ ਚੀਜ਼ਾਂ ਸਾਨੂੰ ਦਿਖਾਈਆਂ ਜਾ ਰਹੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਸਾਨੂੰ ਇੱਕ ਮੌਕਾ ਮਿਲੂਗਾ ਤਾਂ ਅਸੀਂ ਉਹ ਚੀਜ਼ ਦਿਖਾਵਾਂਗੇ ਜਿਹੜੀ ਐਕਚੁਅਲ 'ਚ ਪਿੰਡਾਂ 'ਚ ਹੁੰਦੀ ਹੈ, ਜਿਹੜੀ ਹਾਲੇ ਤੱਕ ਕਿਸੇ ਨੇ ਪਰਦੇ ਦੇ ਉੱਪਰ ਪੇਸ਼ ਨਹੀਂ ਕੀਤੀ, ਅਸੀਂ ਉਹ ਚੀਜ਼ ਨੂੰ ਪੇਸ਼ ਕਰਨਾ ਚਾਹਾਂਗੇ। ਜੀ ਬਹੁਤ ਮਿਹਰਬਾਨੀ, ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਜਾਣ ਕੇ। ਅਤੇ ਦੋਸਤੋ, ਇਸੇ ਹੀ ਪ੍ਰੋਗਰਾਮ ਦੇ ਵਿੱਚ ਔਨਲਾਈਨ ਮਾਫੀਆ, ਜਿਸ ਅਸੀਂ ਸ਼ਾਰਟ ਫਿਲਮ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਡਾਇਰੈਕਟਰ ਸਾਹਿਬ ਸਿਮਰਨਜੀਤ ਸਿੰਘ ਹੁੰਦਲਹੋਰੀ ਵੀ ਇਸੇ ਪ੍ਰੋਗਰਾਮ ਦੇ ਵਿੱਚ ਸਾਨੂੰ ਜੁਆਇਨ ਕਰਨ ਵਾਲੇ ਨੇ। ਅਤੇ ਭਾਅ ਜੀ, ਆਪਾਂ ਚੱਲੀਏ ਉਹਨਾਂ ਦੇ ਕੋਲ ਅਤੇ ਉਹਨਾਂ ਤੋਂ ਵੀ ਜਾਣਦੇ ਹਾਂ ਆਪਾਂ ਕਿ ਕਿੱਦਾਂ ਦਾ ਕੰਮ ਇਹਨਾਂ ਨੇ ਉਸ ਫਿਲਮ ਦੇ ਵਿੱਚ ਕੀਤਾ। ਦੋਸਤੋ, ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਸਾਡੇ ਡਾਇਰੈਕਟਰ ਸਾਹਿਬ, ਜਿਹੜੇ ਕਿ ਡਾਇਰੈਕਟਰ ਬਣਨ ਤੋਂ ਪਹਿਲਾਂ ਇੱਕ ਲੇਖਕ ਬਣਨ ਦਾ ਸੁਪਨਾ ਰੱਖਦੇ ਨੇ, ਸਿਮਰਨਜੀਤ ਸਿੰਘ ਹੁੰਦਲ ਹੋਰਾਂ ਕੋਲ। ਲਾਡੀ ਚੀਮਾ ਹੋਰਾਂ ਦੇ ਨਾਲ ਗੱਲਬਾਤ ਬੜੀ ਸੋਹਣੀ ਚੱਲ ਰਹੀ ਸੀਗੀ ਅਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਿਮਰਨਜੀਤ ਹੁੰਦਲ ਹੋਰਾਂ। ਸਤਿ ਸ਼੍ਰੀ ਅਕਾਲ ਭਾਜੀ, ਨਿਊਜ਼ ਨੰਬਰ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਭ ਦਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਭ ਦਾ, ਤੁਹਾਡਾ ਵੀ ਸਾਡੇ ਨਾਲ। ਅਤੇ ਲਾਡੀ ਚੀਮਾ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਜਿਹੜੀ ਨਵੀਂ ਫਿਲਮ ਆਈ ਆ ਔਨਲਾਈਨ ਮਾਫੀਆ ਬਾਰੇ। ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ ਕਿ ਇੱਕ ਚੰਗਾ ਸਬਜੈਕਟ ਆ ਜਿਹੜਾ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਸੀਗੀ। ਅਸੀਂ ਵੀ ਆਪਣੀ ਇੰਟਰਵਿਊਜ਼ ਦੇ ਵਿੱਚ ਉਸ ਬਾਰੇ ਗੱਲਬਾਤ ਕਰਦੇ ਹਾਂ ਅਤੇ ਗੱਲ ਹੋਣੀ ਚਾਹੀਦੀ ਸੀ। ਤੁਸੀਂ ਉਸ ਮੁੱਦੇ ਨੂੰ ਅੱਗੇ ਲੈ ਕੇ ਆਏ ਹੋ ਅਤੇ ਉਹਦੇ 'ਤੇ ਇੱਕ ਸ਼ਾਰਟ ਫਿਲਮ ਹੀ ਸਹੀ, ਪਰ ਤੁਸੀਂ ਇੱਕ ਇਨੀਸ਼ੀਏਟ ਕੀਤਾ ਕਿ ਉਸ ਚੀਜ਼ ਦੇ ਖਿਲਾਫ਼ ਬੋਲਿਆ ਜਾਵੇ ਜਾਂ ਉਸ ਚੀਜ਼ ਨੂੰ ਲੋਕਾਂ ਸਾਹਮਣੇ ਹਾਈਲਾਈਟ ਕੀਤਾ ਜਾਵੇ, ਹੈ ਨਾ। ਅਤੇ ਇਸ ਫਿਲਮ ਬਾਰੇ ਗੱਲ ਕਰਾਂਗੇ, ਤੁਹਾਡੇ ਹੁਣ ਤੱਕ ਦੇ ਸਫ਼ਰ ਦੀ ਆਪਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਦੱਸੋ ਕਿ ਲਾਡੀ ਹੋਰਾਂ ਦਾ ਕੰਮ ਤੁਹਾਨੂੰ ਇਸ ਫਿਲਮ ਦੇ ਵਿੱਚ ਕਿੱਦਾਂ ਦਾ ਲੱਗਿਆ, ਜਾਂ ਫਿਰ ਉਹ ਜਿਹੜਾ ਗਾਇਕ ਦਾ ਮੇਨ ਕਿਰਦਾਰ ਸੀ ਤਾਂ ਲਾਡੀ ਹੋਰਾਂ ਨੂੰ ਤੁਸੀਂ ਕਿਉਂ ਚੁਣਿਆ? ਲਾਡੀ ਦਾ ਮੇਰਾ ਜਿਹੜਾ ਮੇਨ ਪਾਤਰ ਜਿਹੜਾ ਸੀ ਉਹ ਐਕਟਰ ਨਹੀਂ ਚਾਹੀਦਾ। ਜਦੋਂ ਮੇਨ ਪਾਤਰ ਅਸੀਂ ਕੋਈ ਐਕਟਰ ਲੈਂਦਾ ਨਾ, ਉਹ ਮਨ 'ਚ ਬੜੇ ਸਵਾਲ ਆਪਣੇ ਬਣਾ ਲੈਂਦਾ, ਮੈਂ ਇੱਦਾਂ ਕਰੂੰਗਾ, ਮੈਂ ਉੱਦਾਂ ਕਰੂੰਗਾ, ਉਹ ਜਿਹੜੀ ਗੱਲ ਕਿਤੇ ਨਾ ਕਿਤੇ ਫੇਲ ਹੋ ਜਾਂਦੀ ਹੈ। ਜਿਹੜਾ ਅਣਜਾਣ ਆਦਮੀ ਹੁੰਦਾ ਨਾ, ਜਦੋਂ ਉਹਦੇ ਅੰਦਰ ਸਿੱਖਣ ਦੀ ਚਾਹ ਹੁੰਦੀ ਆ, ਉਹਨੂੰ ਜਦੋਂ ਕੋਈ ਕੰਮ ਦਿੱਤਾ ਜਾਂਦਾ ਤੇ ਉਹ ਬੜੀ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਦਾ। ਉਹ ਜਿਹੜੀ ਕੋਸ਼ਿਸ਼ ਹੁੰਦੀ ਆ ਉਹ ਬੜੀ ਸਹੀ ਹੁੰਦੀ ਆ। ਇਹਨੇ ਜਿਹੜੀ ਕੋਸ਼ਿਸ਼ ਕੀਤੀ ਉਹ ਬਹੁਤ ਜ਼ਿਆਦਾ ਵਧੀਆ ਸੀ। ਔਰ ਮੈਨੂੰ ਇਹ ਕਿਤੇ ਵੀ ਮਤਲਬ ਸਾਰੇ ਸ਼ੂਟ 'ਤੇ ਆਪਾਂ ਨੂੰ ਇਹ ਨਹੀਂ ਲੱਗਿਆ ਵੀ ਇਹ ਸਿੰਗਰ ਨਹੀਂ ਹੈਗਾ। ਇਹਨੇ ਆਪਣੇ ਸਿੰਗਰ ਵਾਲੇ ਕਿਰਦਾਰ 'ਚ ਹੀ ਰਿਹਾ। ਔਰ ਮਤਲਬ ਜਿਵੇਂ ਜਦੋਂ ਪੈਸਾ ਘਰੋਂ ਲੈ ਕੇ ਆਉਂਦੇ ਉਹ ਵੀ ਕਿਰਦਾਰ ਵਧੀਆ ਨਿਭਾਇਆ, ਜਦੋਂ ਪੈਸਾ ਲੁੱਟਿਆ ਜਾਂਦਾ ਇੱਥੇ ਹੀ ਤੇ ਮਤਲਬ ਉਹ ਵੀ ਵਧੀਆ ਇਹਨੇ ਬਹੁਤ ਵਧੀਆ ਨਿਭਾਇਆ ਜੀ। ਸੋ ਅੱਗੇ ਲਾਡੀ ਹੋਰਾਂ ਦਾ ਕੀ ਭਵਿੱਖ ਆ ਫਿਲਮ ਇੰਡਸਟਰੀ 'ਚ? ਫਿਲਮ ਇੰਡਸਟਰੀ ਇੱਦਾਂ ਦੀ ਹੈ ਕਿ ਇਹਦੇ 'ਚ ਲੱਗੇ ਰਹਿਣ ਦਾ ਕੰਮ ਹੈ। ਬਿਲਕੁਲ, ਜੇ ਤੁਸੀਂ ਲੱਗੇ ਰਹਿੰਦੇ ਹੋ ਤਾਂ ਤੁਹਾਡਾ ਭਵਿੱਖ ਆ, ਨਹੀਂ ਤਾਂ ਕੋਈ ਭਵਿੱਖ ਨਹੀਂ। ਦੋਸਤੋ, ਇਸ ਵੇਲੇ ਆਪਾਂ ਲਾਡੀ ਚੀਮਾ ਹੋਰਾਂ ਤੋਂ ਵਿਦਾ ਲਵਾਂਗੇ ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲਬਾਤ ਦਾ ਸਿਲਸਿਲਾ ਉਹ ਸੀ ਡਾਇਰੈਕਟਰ ਅਤੇ ਰਾਈਟਰ ਸਿਮਰਨਜੀਤ ਸਿੰਘ ਹੁੰਦਲ ਹੋਰਾਂ ਦੇ ਨਾਲ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਪਰ ਬਹੁਤ ਬਹੁਤ ਸ਼ੁਕਰੀਆ ਭਾਜੀ ਉਸ ਤੋਂ ਪਹਿਲਾਂ ਤੁਹਾਡਾ ਕਿ ਤੁਸੀਂ ਟਾਈਮ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਅਤੇ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ। ਅਤੇ ਬਾਕੀ ਦੀਆਂ ਗੱਲਾਂ ਆਪਾਂ ਹੁੰਦਲ ਸਾਹਿਬ ਹੋਰਾਂ ਦੇ ਨਾਲ ਭਾਜੀ ਆਪਾਂ ਬੈਠੀਏ ਕਿਤੇ ਗੱਲਬਾਤ ਦੇ ਲਈ? ਜਿੱਥੇ ਕਹੋ ਉੱਥੇ ਬਹਿ ਜਾਂਦੇ ਹਾਂ ਜੀ। ਗੱਲਬਾਤ ਚੱਲ ਰਹੀ ਆ ਸਿਮਰਨਜੀਤ ਸਿੰਘ ਹੁੰਦਲ ਹੋਰਾਂ ਦੇ ਨਾਲ ਅਤੇ ਅੰਮ੍ਰਿਤਸਰ ਦੇ ਵਡਾਲਾ ਵੀਰਮ ਪਿੰਡ ਤੋਂ ਬਿਲੋਂਗ ਕਰਦੇ ਨੇ। ਇਹ ਉਹ ਪਿੰਡ ਆ ਜਿੱਥੋਂ ਸ਼ਾਹ ਮੁਹੰਮਦ ਹੋਰੀ ਹੋਏ ਨੇ। ਸੋ ਭਾਜੀ ਆਪਾਂ ਪਹਿਲਾਂ ਤੁਹਾਡੇ ਪਿੰਡ ਤੋਂ ਹੀ ਸ਼ੁਰੂਆਤ ਕਰਦੇ ਹਾਂ, ਆਪਣੇ ਪਿੰਡ ਬਾਰੇ ਸਾਨੂੰ ਜ਼ਰੂਰ ਦੱਸੋ। ਸਾਡਾ ਪਿੰਡ ਜੀ ਵਡਾਲਾ ਵੀਰਮ ਪਿੰਡ ਆ, ਕਾਫੀ ਇਤਿਹਾਸਿਕ ਪਿੰਡ ਆ ਅਤੇ ਪਿੰਡ ਮਜੀਠੇ ਹਲਕੇ 'ਚ ਆ ਅਤੇ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦਾ ਪਿੰਡ। ਔਰ ਕਾਫੀ ਮਤਲਬ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਕਵੀ ਸ਼ਾਹ ਮੁਹੰਮਦ ਜੀ ਨੇ ਲਿਖਿਆ, ਔਰ ਕਵੀ ਸ਼ਾਹ ਮੁਹੰਮਦ ਦਾ ਉਹ ਪਿੰਡ ਸੀ। ਔਰ ਅੱਜ ਵੀ ਮਤਲਬ ਜੇ ਦੇਖਿਆ ਜਾਵੇ ਤਾਂ ਉਹਦੇ ਕਰਕੇ ਜਾਣਿਆ ਜਾਂਦਾ ਜ਼ਿਆਦਾ। ਔਰ ਕਾਫੀ ਮਸ਼ਹੂਰ ਜਿਹੜਾ ਉਹਨਾਂ ਦੀਆਂ ਸਤਰਾਂ ਹੋਈਆਂ, ਲੋਕ ਅੱਜ ਵੀ ਕਹਿੰਦੇ ਨੇ ਅੱਜ ਇੱਕ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ। ਅਤੇ ਮੈਂ ਪ੍ਰਾਊਡ ਫੀਲ ਕਰਦਾ ਕਿ ਉੱਥੇ ਮੈਂ ਜੰਮਿਆ ਪੜ੍ਹਿਆ ਉੱਥੇ ਆ। ਅਤੇ ਇਹ ਮਜਹਿਲ ਭਾਊ ਹੋਰਾਂ ਦਾ ਕਿੱਦਾਂ ਸਵੱਬ ਬਣਿਆ ਫਿਲਮ ਡਾਇਰੈਕਟ ਕਰਨ ਦਾ, ਕਿਉਂਕਿ
ਕਿਸੇ ਇੰਟਰਵਿਊ ਦੇ ਵਿੱਚ ਤੁਹਾਨੂੰ ਕਿਸੇ ਨੇ ਬੜਾ ਵਧੀਆ ਸਵਾਲ ਪੁੱਛਿਆ ਸੀ ਕਿ ਅੱਜ ਕੱਲ੍ਹ ਹਰ ਇੱਕ ਦਾ ਸੁਪਨਾ ਗਾਇਕ ਜਾਂ ਵੱਧ ਤੋਂ ਵੱਧ ਗੀਤਕਾਰ ਬਣਨ ਦਾ, ਹੈ ਨਾ? ਸੋ ਫਿਲਮ ਡਾਇਰੈਕਸ਼ਨ ਆ, ਉਹਦਾ ਐਕਸਪੋਜ਼ਰ ਹਾਲੇ ਵੀ ਇੰਨਾ ਨਹੀਂ ਹੈਗਾ ਜੋ ਫਿਲਮ ਡਾਇਰੈਕਟਰ ਦੀ ਇੱਕ ਪੋਜੀਸ਼ਨ ਜਾਂ ਡੈਜ਼ਿਗਨੇਸ਼ਨ ਰਹਿੰਦੀ ਆ, ਹੈ ਨਾ? ਅਤੇ ਤੁਹਾਡੇ ਕਿੱਦਾਂ ਸਵੱਬ ਬਣਿਆ? ਕਿਉਂਕਿ ਪਹਿਲਾਂ ਇੱਕ ਤੁਹਾਡਾ ਸੁਪਨਾ ਇਹ ਵੀ ਸੀਗਾ ਕਿ ਲੇਖਕ ਬਣਿਆ ਜਾਵੇ, ਪਰ ਫਿਰ ਕਿਤੇ ਨਾ ਕਿਤੇ ਮਨ ਨੂੰ ਮਹਿਸੂਸ ਹੋਇਆ ਕਿ ਲੇਖਕ ਦੀ ਅੱਜ ਦੇ ਸਮੇਂ ਦੇ ਵਿੱਚ ਉਨੀ ਬੁੱਕਤ ਨਹੀਂ ਰਹੀ ਹੈਗੀ, ਹੈ ਨਾ? ਅਤੇ ਕਿਉਂ ਨਾ ਫਿਲਮ ਡਾਇਰੈਕਸ਼ਨ ਵੱਲ ਜਾਇਆ ਜਾਵੇ? ਅਤੇ ਇਹ ਕਿੱਦਾਂ ਹੋਇਆ ਸਾਰਾ ਕੁਛ? ਮੈਂ ਲੇਖਕ ਹੀ ਬਣਨਾ ਚਾਹੁੰਦਾ ਸੀ ਪਹਿਲਾਂ, ਔਰ ਉਹਦੇ ਲਈ ਜੋ ਵੀ ਸਾਹਿਤ ਪੜ੍ਹਿਆ, ਕਾਫੀ ਪੜ੍ਹਿਆ। ਜਦੋਂ ਤੁਸੀਂ ਵਿਚਰਦੇ ਹੋ ਕਿਸੇ ਵੀ ਫੀਲਡ ਦੇ ਵਿੱਚ, ਉਹਦੇ ਅੰਦਰ ਆਣ ਕੇ ਪਤਾ ਲੱਗਦਾ ਵੀ ਕਿਹੜੀ ਚੀਜ਼ ਦੀ ਕਿੰਨੀ ਕੁ ਵੈਲਿਊ। ਅੱਜ ਦੀ ਹੁਣ ਕਰੰਟ ਜਿਹੜੇ ਸਿਚੁਏਸ਼ਨ ਚੱਲਦੀ, ਅੱਜ ਰਾਈਟਰ ਦੀ ਬਹੁਤ ਬੁੱਕਤ ਆ ਜੀ, ਪਰ ਜਦੋਂ ਆਪਾਂ ਸ਼ੁਰੂ ਹੋਏ ਸੀ ਉਦੋਂ ਨਹੀਂ ਸੀ। ਉਦੋਂ ਇੱਕ ਡਾਇਰੈਕਟਰ ਦੀ ਬੁੱਕਤ ਸੀ, ਔਰ ਫਿਲਮਾਂ ਦੇਖਣ ਦਾ ਮੈਂ ਕਾਫੀ ਸ਼ੌਕੀਨ ਸੀ। ਮੈਨੂੰ ਮਤਲਬ ਕਹਿ ਲਓ ਕਿ ਰਿਕਾਰਡ ਸੀ ਕਿ ਮੈਂ ਲਗਾਤਾਰ 2-3 ਰਾਤਾਂ ਵੀ ਜਾ ਕੇ ਫਿਲਮਾਂ ਦੇਖ ਸਕਦਾ ਹਾਂ। ਕਾਫੀ ਜਨੂਨ ਹੁੰਦਾ ਨਾ, ਤੇ ਫਿਰ ਮੈਨੂੰ ਲੱਗਿਆ ਕਿ ਮਤਲਬ ਰਾਈਟਰ ਦੀ ਜੇ ਨਹੀਂ ਗੱਲਬਾਤ ਹੈਗੀ, ਔਰ ਕਿਹੜੀ ਜੌਬ ਹੈਗੀ ਜਿਹਨੂੰ ਲੋਕ ਕਾਫੀ ਪਸੰਦ ਕਰਦੇ ਹੋਣ, ਇੱਜ਼ਤ ਹੋਵੇ ਤੇ ਉਹ ਕੰਮ ਕੀਤਾ ਜਾਵੇ। ਫਿਰ ਮੈਂ ਡਾਇਰੈਕਸ਼ਨ ਦੇ ਵਿੱਚ ਕਾਫੀ ਸਾਲ ਜੀ ਇੰਨੀਆਂ ਫਿਲਮਾਂ, ਤੁਸੀਂ ਮੈਨੂੰ ਫਿਲਮਾਂ ਦੇਖਣਾ ਬਹੁਤ ਚੰਗਾ ਲੱਗਦਾ ਹੈ। ਰੇਡੀਓ ਟਾਈਮ ਜਾਂ ਉੱਦਾਂ ਦੀ ਸੰਗਤ ਸਾਨੂੰ ਮਿਲਦੀ ਰਹੀ ਹੈ ਟਾਈਮ ਟੂ ਟਾਈਮ, ਕਿ ਉਹਨਾਂ ਨੇ ਮਤਲਬ ਪਹਿਲਾਂ ਤਾਂ ਆਪ ਨੂੰ ਥੋੜ੍ਹਾ ਸ਼ੌਂਕ ਸੀ ਫਿਲਮਾਂ ਦੇਖਣ ਦਾ, ਫਿਰ ਉਹਨਾਂ ਦੇ ਨਾਲ ਸਵਾਦ ਪੈ ਗਿਆ ਨਾ। ਕਿਹੜਾ ਸਿਨੇਮਾ ਭਾਜੀ ਤੁਸੀਂ, ਕਿਉਂਕਿ ਜਿਹੜੇ ਸਿਨੇਮਾ ਨੂੰ ਪਸੰਦ ਕਰਦੇ ਨੇ ਉਹ ਰਸ਼ੀਅਨ ਸਿਨੇਮਾ ਹੋ ਗਿਆ, ਹੈ ਨਾ, ਅਤੇ ਸਾਊਥ ਦਾ ਸਿਨੇਮਾ ਹੋ ਗਿਆ, ਬੜਾ ਕੁਛ ਦੇਖਦੇ ਨੇ, ਤੁਹਾਨੂੰ ਪਰਸਨਲੀ ਕਿਹੜਾ ਸਿਨੇਮਾ ਤੁਸੀਂ ਜ਼ਿਆਦਾ ਦੇਖਦੇ ਰਹੇ ਹੋ? ਮੈਂ ਮੇਰੇ ਖਿਆਲ ਨਾਲ ਸਾਰੇ ਵਰਲਡ ਦੀਆਂ ਫਿਲਮਾਂ ਦੇਖੀਆਂ ਵਾਂ, ਔਰ ਚਾਹੇ ਮੈਨੂੰ ਕਿਸੇ ਲੈਂਗੁਏਜ ਦੀ ਸਮਝ ਨਹੀਂ ਵੀ ਆਉਂਦੀ, ਪਰ ਇੱਕ ਸਿਨੇਮੇ ਦੀ ਇੱਕ ਜਿਹੜੀ ਓਨੈਸਟੀ ਗੱਲ ਹੈਗੀ, ਤੁਸੀਂ ਅਗਰ ਉਹਦੇ ਵਿੱਚ ਇਮਾਨਦਾਰ ਹੋ ਤਾਂ ਤੁਹਾਨੂੰ ਕਿਸੇ ਵੀ ਲੈਂਗੁਏਜ ਦੀ ਫਿਲਮ ਜਿਹੜੀ ਉਹ ਸਮਝ ਆਊਗੀ, ਉਹਦੀ ਸਟੋਰੀ ਲਾਈਨ ਸਮਝ ਆਊਗੀ, ਮਤਲਬ ਕੀ ਕਹਿਣਾ ਚਾਹੁੰਦਾ ਉਹ ਵੀ। ਈਵਨ ਕਿ ਮਤਲਬ ਕਾਫੀ ਸਾਊਥ ਦੇ ਟੈਕਨੀਸ਼ੀਅਨ ਮੇਰੇ ਨਾਲ ਕੰਮ ਕਰਦੇ ਆ, ਉਹਨਾਂ ਦੀ ਤਾਂ ਮੇਰੀ ਲੈਂਗੁਏਜ ਦਾ ਬਹੁਤ ਫਰਕ ਹੀ, ਪਰ ਫਿਰ ਵੀ ਕਰਦੇ ਆ, ਕਿਉਂਕਿ ਸਿਨੇਮੇ ਦੀ ਆਪਣੀ ਇੱਕ ਲੈਂਗੁਏਜ ਆ, ਅਤੇ ਉਹਦੇ ਲਈ ਮੇਰੇ ਖਿਆਲ ਨਾਲ ਬਾਹਰੀ ਲੈਂਗੁਏਜ ਦੀ ਬਹੁਤੀ ਲੋੜ ਨਹੀਂ ਪੈਂਦੀ ਤਾਂ ਕਰਕੇ। ਸੋ ਜਿਸ ਏਰੀਏ ਨੂੰ ਤੁਸੀਂ ਬਿਲੋਂਗ ਕਰਦੇ ਹੋ ਨਾ, ਤੁਹਾਡੇ ਮਾਂ ਬਾਪ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ ਸੀਗਾ, ਅੱਜ ਵੀ ਜਦੋਂ ਅਸੀਂ ਪੜ੍ਹ ਲਿਖ ਗਏ ਹਾਂ 2018 ਦੇ ਵਿੱਚ ਬੈਠੇ ਹਾਂ, ਜਦੋਂ ਮੈਂ ਕਹਿੰਦੀ ਹਾਂ ਕਿ ਮੈਂ ਰੇਡੀਓ ਹੋਸਟ ਕਰਨਾ ਜਾਂ ਮੈਂ ਟੀਵੀ ਐਂਕਰ ਕਰਨਾ, ਅੱਛਾ ਟੀਵੀ 'ਤੇ ਫਿਰ ਤੂੰ ਕੀ ਖਬਰਾਂ ਦਿਆ ਕਰਨੇ? ਟੀਵੀ ਦਾ ਮਤਲਬ ਕੁੜੀਆਂ ਦੇ ਲਈ ਸਿਰਫ ਖਬਰਾਂ ਦੇਣਾ ਆ, ਹੈ ਨਾ, ਜਾਂ ਫਿਰ ਐਕਟਰ ਜਾਂ ਫਿਰ ਐਕਟਰੈਸਿਸ ਨੇਗੇ, ਹੈ ਨਾ? ਬਿਲਕੁਲ। ਤੁਸੀਂ ਆਪਣੇ ਮਾਂ ਬਾਪ ਨੂੰ ਕਿੱਦਾਂ ਸਮਝਾਇਆ ਕਿ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡਾ ਕੀ ਸ਼ੌਂਕ ਹੈਗਾ? ਉਹਨਾਂ ਨੇ ਵੀ ਕੁਛ ਤੁਹਾਡੇ ਬਾਰੇ ਸੋਚਿਆ ਹੋਣਾ ਕਿ ਮੁੰਡਾ ਚਲੋ ਪੜ੍ਹੂਗਾ ਲਿਖੂਗਾ, ਸਰਕਾਰੀ ਨੌਕਰੀ 'ਤੇ ਹੋਊਗਾ, ਘਰ ਵਧੀਆ ਚੱਲੂਗਾ, ਉਹਨਾਂ ਨੂੰ ਕਿੱਦਾਂ ਮਨਾਇਆ ਤੁਸੀਂ? ਮੈਨੂੰ ਜ਼ਿਆਦਾ ਐਫਰਟ ਨਹੀਂ ਕਰਨੇ ਪਏ, ਕਿਉਂਕਿ ਜਿਹੜਾ ਕਹਿੰਦੇ ਨੇ ਜਨੂੰਨ ਜਿਹੜਾ ਤੁਹਾਡਾ ਇਮਾਨਦਾਰੀ ਉਹ, ਮੈਂ ਬਹੁਤ ਜ਼ਿਆਦਾ ਮਤਲਬ ਇਸ ਦੇ ਵਿੱਚ ਮੇਰੀ ਹੈਗੀ ਸੀ ਰੁਚੀ, ਉਹਨਾਂ ਕਦੀ ਮਨਾ ਨਹੀਂ ਕੀਤਾ। ਮੈਂ 1-2 ਕੰਮ ਹੋਰ ਵੀ ਕੀਤੇ ਆ ਵੀ, ਪਰ ਨਹੀਂ ਚੰਗਾ ਲੱਗਿਆ, ਮੈਂ ਇਹਦੇ 'ਚ ਹੀ ਰਿਹਾ, ਅਤੇ ਹੋ ਸਕਦਾ ਮੈਂ ਉਹਨਾਂ ਲਈ ਅੱਜ ਵੀ ਕਾਬਲ ਨਾ ਹੋਵਾਂ, ਹੋ ਸਕਦਾ ਸਾਰੀ ਜ਼ਿੰਦਗੀ ਕਾਬਲ ਬਣਿਆ ਵਾ ਨਾ ਜਾਵਾਂ। ਪਰ ਇੱਕ ਜਿਹੜਾ ਸ਼ੌਂਕ ਆ, ਸ਼ੌਂਕ ਜਦੋਂ ਜਨੂੰਨ ਬਣ ਜਾਂਦਾ, ਜਨੂੰਨ ਤੋਂ ਬਾਅਦ ਜਦੋਂ ਕਿੱਤਾ ਬਣ ਜਾਂਦਾ, ਕਿੱਤਾ ਜਦੋਂ ਬਣ ਜਾਂਦਾ ਉਹਦੇ 'ਚ ਜਿਹੜੀ ਚੀਜ਼ ਤੁਹਾਨੂੰ ਮਜ਼ਾ ਆਉਂਦਾ ਉਹੀ ਤੁਹਾਡਾ ਕਿੱਤਾ ਬਣ ਜੇ, ਤੁਸੀਂ ਉਹਨੂੰ ਛੱਡ ਨਹੀਂ ਸਕਦੇ। ਫਿਰ ਭਲੇ 'ਤੇ 10 ਦਿਲ ਟੁੱਟ ਜਾਣ, ਕੋਈ ਨਾਰਾਜ਼ ਹੋ ਜੇ, ਕੋਈ ਇਹ ਗੱਲਾਂ ਮੈਟਰ ਨਹੀਂ ਕਰਦੀਆਂ। ਅਤੇ ਜ਼ਰੂਰੀ ਨਹੀਂ ਕਿ ਅਸੀਂ ਹਰ ਇੱਕ ਲਈ ਪਰਫੈਕਟ ਹੋਈਏ, ਅਤੇ ਅਧੂਰਾ ਰਹਿਣਾ ਵੀ ਇਨਸਾਨ ਦਾ ਹੀ ਕੰਮ ਆ, ਬਾਕੀ ਸਭ ਗੱਲਾਂ ਹੀ ਆ ਜੀ। ਤੇ ਕਾਫੀ ਲੰਬਾ ਟਾਈਮ ਹੋ ਗਿਆ ਤੁਹਾਨੂੰ, 15-16 ਸਾਲ ਹੋ ਗਏ ਪਿਛਲੇ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਨੂੰ। 2013 ਦੇ ਵਿੱਚ ਆ ਕੇ ਤੁਹਾਨੂੰ ਪਹਿਲੀ ਬ੍ਰੇਕ ਮਿਲੀ ਸੀ ਜਦੋਂ ਜੱਟ ਬੋਇਜ਼ ਫਿਲਮ ਰਿਲੀਜ਼ ਹੋਈ ਸੀਗੀ, ਹੈ ਨਾ, ਪ੍ਰਿੰਸ ਕਵਲਜੀਤ ਹੋਰਾਂ ਨੇ ਬੜੀ ਸੋਹਣੀ ਕਹਾਣੀ ਲਿਖੀ, ਅਤੇ ਇਸੇ ਹੀ ਫਿਲਮ ਦੇ ਨਾਲ ਸਿੱਪੀ ਗਿੱਲ ਹੋਰਾਂ ਨੇ ਆਪਣਾ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ। ਹਾਂਜੀ, 2013 ਤੋਂ ਪਹਿਲਾਂ ਤੁਸੀਂ ਇੰਡਸਟਰੀ ਦੇ ਵਿੱਚ ਕੀ ਕੰਮ ਕਰ ਰਹੇ ਸੀ ਜਾਂ ਕਿਸ ਤਰੀਕੇ ਨਾਲ ਜੁੜੇ ਹੋਏ ਸੀ? ਮੈਂ ਕਾਫੀ ਅਸਿਸਟ ਕੀਤਾ ਵਾ ਚੰਗੇ ਆਰਟ ਡਾਇਰੈਕਟਰਾਂ ਨੂੰ, ਔਰ ਮਿਊਜ਼ਿਕ ਵੀਡੀਓ ਕਾਫੀ ਕੀਤੇ ਨੇ ਮੈਂ। ਹਾਂਜੀ, ਬਹੁਤ ਕਾਫੀ ਮਤਲਬ ਆਰਟਿਸਟਾਂ ਦੇ ਮੈਂ ਮਿਊਜ਼ਿਕ ਵੀਡੀਓ ਕੀਤੇ ਨੇ, ਕਾਫੀ ਚੰਗੇ ਨਾਮੀ ਕਲਾਕਾਰ ਨੇ ਉਹਨਾਂ ਦੇ ਵਿੱਚ ਜਿੱਦਾਂ ਦੇ ਕੀਤੇ। ਲੇਟੈਸਟ ਜਿੱਦਾਂ ਨਿਸ਼ਵਾਨ ਭੁੱਲਰ ਹੋ ਗਿਆ, ਨਵਰਾਜ ਹੰਸ ਹੋ ਗਿਆ, ਮਤਲਬ ਗੈਰੀ ਸੰਧੂ, ਅਤੇ ਕਾਫੀ ਗੈਰੀ ਸੰਧੂ ਜਦੋਂ ਮਤਲਬ ਇੰਡੀਆ ਆਇਆ ਸੀ ਅਤੇ ਉਹਦਾ ਮੇਰੇ ਵਾਲਾ ਟਰੈਕ 4 ਸਾਲ ਲਗਾਤਾਰ ਮਤਲਬ ਹਿੱਟ ਹੀ ਰਿਹਾ, ਮਿੱਤਰਾਂ ਦਾ ਵੱਜਣਾ ਬੈਂਡ ਕਾਫੀ, ਅਤੇ ਕਾਫੀ ਪਿਆਰ ਦਿੱਤਾ ਸਾਰਿਆਂ ਨੇ, ਅਤੇ ਬਸ ਵੀਡੀਓਜ਼ ਕਾਫੀ ਕੀਤੇ ਨੇ।
2013 ਦੇ ਵਿੱਚ ਜਦੋਂ ਤੁਹਾਨੂੰ ਐਜ਼ ਆ ਫਿਲਮ ਡਾਇਰੈਕਟਰ ਪਹਿਲੀ ਬ੍ਰੇਕ ਮਿਲੀ ਆ ਹਨਾ, ਤੇ ਇਹ ਤੁਹਾਡੇ ਲਈ ਇੱਕ ਬਹੁਤ ਚੰਗੀ ਗੱਲ ਵੀ ਰਹੀ, ਇੱਕ ਚੰਗੀ ਸ਼ੁਰੂਆਤ ਸੀ, ਕਿਉਂਕਿ ਉਸ ਤੋਂ ਅਗਲੇ ਸਾਲ PTC ਦੇ ਅਵਾਰਡ ਹੋਏ ਨੇ ਤੇ ਉਹਦੇ ਵਿੱਚ ਤੁਹਾਨੂੰ ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਵੀ ਮਿਲਿਆ ਹਨਾ, ਤੇ ਇਹ ਪਹਿਲੀ ਬ੍ਰੇਕ ਕਿਵੇਂ ਮਿਲੀ, ਉਸ ਤੋਂ ਬਾਅਦ ਅਵਾਰਡ ਵੀ ਮਿਲਣਾ ਹਨਾ, ਉਸ ਟਾਈਮ ਕਿੱਦਾਂ ਦਾ ਸੀਗਾ? ਜਿਵੇਂ ਵੀਡੀਓਜ਼ ਕਰ ਕਰਕੇ ਨਾ ਮਨ 'ਚ ਕਿਤੇ ਹੈਗਾ ਸੀ ਵੀ ਆਪਾਂ ਵੀਡੀਓਜ਼ ਕਰਨ ਲਈ ਨਹੀਂ ਆਏ, ਫਿਲਮ ਬਣਾਉਣੀ ਆ। ਅਤੇ ਬੰਬੇ ਦੇ ਵਿੱਚ ਮੇਰਾ ਇੱਕ ਦੋਸਤ ਸੀ, ਮੈਂ ਉਹਨੂੰ ਕਿਹਾ ਯਾਰ ਮੈਂ ਕਾਫੀ ਕੰਮ ਕਰ ਲਿਆ, ਕਿਸੇ ਬਹੁਤ ਵੱਡੇ ਡਾਇਰੈਕਟਰ ਨਾਲ ਮੈਨੂੰ ਅਸਿਸਟ ਲਈ ਲਗਵਾ ਦੇ। ਜਦੋਂ ਉਹਨੇ ਮੇਰੇ ਮਤਲਬ ਕੁਛ ਕੰਮ ਦੇਖੇ, ਜਦੋਂ ਕੁਛ ਮੇਰੇ ਕੋਲ ਉਹਨੇ ਸੁਣਿਆ ਕੁਛ ਸਟੋਰੀ ਲਾਈਨ ਕਿੱਦਾਂ ਇੱਦਾਂ, ਉਹਨੇ ਮੈਨੂੰ ਬੜਾ ਕਿਹਾ, ਕਹਿੰਦਾ ਵੀ ਮੈਨੂੰ ਨਹੀਂ ਲੱਗਦਾ, ਕਹਿੰਦਾ ਵੀ ਤੈਨੂੰ ਹੋਰ ਟਾਈਮ ਕਿਸੇ ਦੇ ਨਾਲ ਲਾਉਣਾ ਚਾਹੀਦਾ, ਕਿਉਂਕਿ ਤੇਰਾ ਵਿਜ਼ਨ ਬਹੁਤ ਕਲੀਅਰ ਹੈ, ਤੂੰ ਆਪ ਫਿਲਮ ਬਣਾ ਸਕਦਾ ਅਤੇ ਤੂੰ ਆਪਣੇ ਲਈ ਸੋਚਣਾ ਸ਼ੁਰੂ ਕਰ। ਫਿਰ ਮੈਂ ਉਹਦੇ ਤੋਂ ਬਾਅਦ ਲਗਾਤਾਰ 6 ਮਹੀਨੇ ਮਤਲਬ ਆਪਣੇ ਆਪ ਨਾਲ ਇਹ ਕਿਹਾ ਵੀ ਮੈਂ ਫਿਲਮ ਬਣਾਉਣੀ ਆ, ਬਣਾਊਂਗਾ ਔਰ ਫਿਲਮ ਹੀ ਬਣਾਉਣੀ ਆ। ਅਤੇ ਇਸ ਕਰਕੇ ਜਿਹੜੀ ਮੇਰਾ ਇੱਕ ਦੋਸਤ ਆ, ਅਤੇ ਉਹ ਮੇਰੇ ਦੋਸਤ ਦੀ ਕਾਲ ਜਦੋਂ ਆਈ ਮੈਨੂੰ ਕਿ ਸੰਦਰ ਸਾਹਿਬ ਫਿਲਮ ਬਣਾਉਣਾ ਚਾਹੁੰਦੇ ਆ, ਅਤੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ, ਤੁਸੀਂ ਵੀ ਇੱਕ ਵਾਰ ਮਿਲੋ। ਮੈਂ ਜਾ ਕੇ ਮਿਲਿਆ ਔਰ ਮੈਂ ਕਿਤੇ ਕਹਾਣੀ ਸੁਣੀ ਹੋਈ ਸੀ ਪ੍ਰਿੰਸ ਕਵਲਜੀਤ ਸਿੰਘ ਹੋਣਾਂ ਦੀ, ਅਤੇ ਮੈਂ ਜਾ ਕੇ ਉਹੀ ਨਰੇਟ ਕਰਤੀ ਅਤੇ ਉਹਨਾਂ ਨੂੰ ਪਸੰਦ ਆਈ ਔਰ ਮੇਰੀ ਫਿਲਮ ਡਨ ਹੋ ਗਈ ਸੀ। ਇਹ ਤਾਂ ਹੋ ਗਈ ਜੈਟ ਬੋਇਜ਼ ਦੀ ਗੱਲ। ਇੰਡਸਟਰੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਉਦੋਂ ਨਹੀਂ ਇੰਨੀਆਂ ਜ਼ਿਆਦਾ ਤੁਹਾਨੂੰ ਆਉਂਦੀਆਂ ਜਿੰਨਾ ਟਾਈਮ ਤੁਹਾਡੇ ਕੋਲ ਕੰਮ ਨਹੀਂ ਹੁੰਦਾ, ਪਰ ਇੱਕ ਵਾਰੀ ਕੰਮ ਮਿਲ ਕੇ ਉਸ ਤੋਂ ਬਾਅਦ ਦੂਜੇ ਕੰਮ ਨੂੰ ਤਲਾਸ਼ਣਾ, ਦੂਜੇ ਕੰਮ ਦੀ ਭਾਲ 'ਚ ਭੱਜਣਾ ਹਨਾ, ਉਹ ਬੜਾ ਟਾਈਮ ਸਟਰਗਲ ਦਾ ਰਹਿੰਦਾ। 2013 ਤੋਂ ਬਾਅਦ ਤੁਹਾਡੀ ਫਿਲਮ ਇੱਕ ਸਾਲ ਦਾ ਗੈਪ ਆ ਕੇ 2015 ਦੇ ਵਿੱਚ ਆਉਂਦੀ ਹੈ ਗਨ ਐਂਡ ਗੋਲ ਹਨਾ, ਜਿਹੜੀ ਕਿ ਫੁੱਟਬਾਲ ਦੇ ਉੱਪਰ ਫਿਲਮ ਆਈ ਗਈ ਸੀ, ਤੇ ਉਹ ਫਿਲਮ ਵੀ ਤੁਸੀਂ ਇੱਕ ਨਵੇਂ ਅਦਾਕਾਰ ਦੇ ਨਾਲ ਸ਼ੂਟ ਕੀਤੀ ਹਨਾ, ਤੇ ਇਹ ਉਸ ਟਾਈਮ ਦਾ ਸਿਚੁਏਸ਼ਨ ਕੀ ਸੀਗੀ, ਜਾਂ ਫਿਰ ਤੁਹਾਨੂੰ ਲੱਗਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜੱਟ ਬੋਇਜ਼, ਕਿਉਂਕਿ ਉਸ ਟਾਈਮ ਦੀ ਬਹੁਤ ਵਧੀਆ ਫਿਲਮ ਸੀਗੀ, ਇੱਕ ਵੱਖਰੇ ਕਨਸੈਪਟ ਕਾਮੇਡੀ ਤੋਂ ਹਟ ਕੇ ਇੱਕ ਫਿਲਮ ਆਈ ਸੀਗੀ ਹਨਾ, ਲੋਕਾਂ ਨੂੰ ਥੋੜਾ ਜਿਹਾ ਕੁਝ ਨਵਾਂ ਵੇਖਣ ਦਾ ਸਵਾਦ ਵੀ ਪਾਇਆ ਉਸ ਫਿਲਮ ਨੇ, ਤੇ ਉਸ ਤੋਂ ਬਾਅਦ ਦਾ ਟਾਈਮ ਇੱਕ ਸਾਲ ਦਾ ਗੈਪ ਕਿਉਂ ਰਿਹਾ, ਕਿਉਂਕਿ ਉਸ ਫਿਲਮ ਦੇ ਲਈ ਤੁਹਾਨੂੰ ਡੈਬਿਊ ਡਾਇਰੈਕਟਰ ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਵੀ ਮਿਲ ਚੁੱਕਿਆ ਸੀ? ਮੈਂ ਥੋੜਾ ਜਿਹਾ ਖੁੱਲ ਕੇ ਇੱਥੇ ਦੱਸੂਗਾ, ਕਿਉਂਕਿ ਅੱਜ ਤੱਕ ਪੰਜਾਬੀ ਸਿਨੇਮੇ ਦੇ ਵਿੱਚ ਜਿਹੜੇ ਕੁਛ ਕੁ ਪ੍ਰੋਡਿਊਸਰ ਹੋਣਗੇ ਜਿਹੜੇ ਬਹੁਤ ਪ੍ਰੋਜੈਕਟ 'ਤੇ ਕੰਮ ਕਰਦੇ ਆ, ਸੋਚਦੇ ਹੋਣਗੇ ਜਾਂ ਕਿਹਨੂੰ ਡਾਇਰੈਕਟਰ ਲੈਣਾ ਵਾ ਜਾਂ ਕਿਹਨੇ ਕੰਮ ਕੀਤਾ ਵਾ ਜਾਂ ਕਿੱਦਾਂ ਵਾ, ਅਤੇ ਉਹ ਜਦੋਂ ਮੈਂ ਉਹਨਾਂ ਗੱਲਾਂ 'ਚ ਥੋੜ੍ਹਾ ਵਿਚਰਿਆ ਵੀ ਕੋਈ ਬੰਦਾ ਕਹਿੰਦਾ ਵੀ ਇੰਨੇ ਕੁ ਮੇਰੇ ਕੋਲ ਪੈਸੇ ਹੈਗੇ ਬਾਕੀ ਦਾ ਜੁਗਾੜ ਕਰ ਲਵਾਂਗੇ, ਤਾਂ ਮੈਨੂੰ ਉਹ ਤੋਂ ਡਰ ਲੱਗਦਾ ਸੀ ਕਿ ਜੇ ਮਤਲਬ ਥੋੜ੍ਹੇ ਹੈਗੇ ਫਿਰ ਜੁਗਾੜ ਨਹੀਂ ਹੁੰਦਾ, ਕੋਈ ਜੁਗਾੜ ਨਾਲ ਤਾਂ ਫਿਲਮ ਬਣਦੀ ਨਹੀਂ, ਕਿਉਂਕਿ ਇੱਕ ਫਿਲਮ ਦਾ ਬਜਟ ਹੁੰਦਾ ਉਹ ਅਗਰ ਹੈਗਾ ਵਾ ਤਾਂ ਫਿਲਮ ਸ਼ੂਟ ਕਰਦੇ ਹਾਂ, ਉਹ ਫਿਲਮ ਬਣਾਉਣਾ ਜ਼ਰੂਰੀ ਨਹੀਂ ਆ, ਫਿਲਮ ਰਿਲੀਜ਼ ਹੋਵੇ ਬਹੁਤ ਜ਼ਰੂਰੀ ਹੈ। ਅਤੇ ਮੇਰਾ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਵੀ ਉਹੀ ਰਹਿੰਦਾ ਵਾ ਕਿ ਮੈਨੂੰ ਭਾਅ ਜੀ ਫਿਲਮ ਬਣਾਉਣੀ ਨਹੀਂ ਆ, ਆਪਾਂ ਰਿਲੀਜ਼ ਕਿਵੇਂ ਕਰਨੀ ਆ, ਉਹ ਸਵਾਲ ਹੋ ਰਹਿੰਦਾ ਮੇਰਾ। ਅਤੇ ਉਸ ਕਰਕੇ ਮੈਂ ਉਹ ਸਾਰੀਆਂ ਗੱਲਾਂ ਓਪਨਲੀ ਕਰ ਲਈ ਨਾ, ਕਈ ਬੰਦੇ ਮੇਰੀਆਂ ਸ਼ਾਇਦ ਇਹਨਾਂ ਗੱਲਾਂ ਤੋਂ ਭੱਜ ਜਾਂਦੇ ਹੁਣ, ਅਤੇ ਮੇਰੀਆਂ ਹੁਣ ਤੱਕ ਜਿੰਨੀਆਂ ਫਿਲਮਾਂ ਮੈਂ ਸ਼ੂਟ ਕੀਤੀਆਂ ਸਾਰੀਆਂ ਰਿਲੀਜ਼ ਨੇ, ਇਹੀ ਸ਼ਾਇਦ ਕਾਰਨ ਹੋ ਸਕਦਾ ਮੈਂ ਘੱਟ ਕੰਮ ਕਰ ਰਿਹਾ। ਅਤੇ ਉਸ ਤੋਂ ਬਾਅਦ 2016 ਦੇ ਵਿੱਚ ਪੰਜਾਬੀ ਇੰਡਸਟਰੀ ਵੱਲੋਂ ਤੁਹਾਨੂੰ ਬੜੀਆਂ ਬਲੈਸਿੰਗਸ ਵੀ, ਆਡੀਅੰਸ ਵੱਲੋਂ ਖਾਸ ਕਰਕੇ ਤੁਹਾਨੂੰ ਬੜੀਆਂ ਬਲੈਸਿੰਗਸ ਦਿੱਤੀਆਂ ਗਈਆਂ, ਕਿਉਂਕਿ 17 ਸਾਲਾਂ ਬਾਅਦ ਗੁੱਗੂ ਗਿੱਲ ਅਤੇ ਯੋਗਰਾਜ ਇੱਕ ਫਿਲਮ ਦੇ ਵਿੱਚ ਇਕੱਠੇ ਆਉਂਦੇ ਨੇ, ਅਤੇ ਉਹ ਸੀਗੀ 25 ਕਿੱਲੇ, ਜਿਹਨਾਂ ਨੂੰ ਤੁਸੀਂ ਲਿਖਿਆ ਵੀ ਆ ਅਤੇ ਇਸ ਫਿਲਮ ਨੂੰ ਤੁਸੀਂ ਡਾਇਰੈਕਟ ਵੀ ਕੀਤਾ ਆ ਹਨਾ, ਅਤੇ ਇਹ ਫਿਲਮ ਤੁਹਾਡੇ ਮੈਨੂੰ ਲੱਗਦਾ ਕਿ ਕਰੀਅਰ ਦੇ ਵਿੱਚ ਹੋਰ ਸ਼ਾਇਦ ਤੁਸੀਂ ਬਹੁਤ ਫਿਲਮਾਂ ਕਰੋਗੇ, ਅਤੇ ਬਟ ਇਹ ਇੱਕ ਫਿਲਮ ਹੈ ਜਿਹੜੀ ਤੁਹਾਡੇ ਲਈ ਹਮੇਸ਼ਾ ਖਾਸ ਰਹੀ। ਬਿਲਕੁਲ, ਅਤੇ ਇਸ ਫਿਲਮ ਬਾਰੇ ਸਾਨੂੰ ਜ਼ਰੂਰ ਕੁਝ ਦੱਸੋ ਕਿ ਇਹ ਫਿਲਮ ਦੀ ਕਹਾਣੀ ਕਿੱਦਾਂ ਲਿਖੀ ਗਈ, ਉਸ ਤੋਂ ਬਾਅਦ ਗੁੱਗੂ ਗਿੱਲ ਅਤੇ ਯੋਗਰਾਜ ਨੂੰ ਇਕੱਠਿਆਂ ਕਰਨ ਦੀ ਜ਼ਰੂਰਤ ਕਰਨਾ ਹਨਾ, ਪਰ ਉਹ ਜਿਹੜੀ ਮਿਹਨਤ ਆ ਉਸ ਤੋਂ ਬਾਅਦ ਰੰਗ ਉਹੀ, ਉਹ ਬਹੁਤ ਵੱਡੀ ਮਿਹਨਤ ਆ ਇੰਡਸਟਰੀ ਦੇ ਵਿੱਚ। ਕੀ ਹੁੰਦਾ ਇੰਡਸਟਰੀ ਦੇ ਵਿੱਚ, ਛੋਟੀ ਛੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹੀ ਕਿਸੇ ਵੇਲੇ ਲੋਕ ਵੱਡੀ ਬਣਾ ਦਿੰਦੇ ਆ। ਅਦਾਕਾਰ ਕੋਈ ਵੀ ਦੂਸਰੇ ਨਾਲ ਮਤਲਬ ਇੰਨਾ ਜ਼ਿਆਦਾ ਮਨ ਮੁਟਾਵ ਨਹੀਂ ਰੱਖਦਾ ਕਿ ਉਹ ਬੋਲੇ ਨਾ, ਕੰਮ ਨਾ ਕਰੇ। ਜਦੋਂ ਫਿਲਮ ਦਾ ਕੰਸੈਪਟ ਇੰਨੀ ਇਮਾਨਦਾਰੀ ਨਾਲ ਲਿਖਿਆ ਗਿਆ ਕਿ ਕਿਸੇ ਨੂੰ PPT ਭੇਜੀ ਗਈ ਔਰ ਪਹਿਲੀ ਵਾਰ ਉਹ ਪ੍ਰੋਡਕਸ਼ਨ ਨੇ ਪੰਜਾਬੀ ਫਿਲਮ ਬਣਾਉਣੀ ਸੀ, ਉਹਨਾਂ ਨੂੰ ਇੰਨਾ ਪਸੰਦ ਆਇਆ ਉਹਨਾਂ ਦਾ ਨਾਮ 25 ਕਿੱਲੇ। ਫਿਰ ਉਹਨਾਂ ਨੇ ਜਦੋਂ ਮੈਂ ਦੱਸਿਆ ਕਿ ਮੈਂ ਸੋਚਦਾ ਕਿ ਗੁੱਗੂ ਗਿੱਲ ਅਤੇ ਯੋਗਰਾਜ ਸਾਹਿਬ ਇਕੱਠੇ ਆਉਣ, ਅਤੇ ਉਹਨਾਂ ਕਿਹਾ ਯਾਰ ਗੱਲ ਬਹੁਤ ਵਧੀਆ ਜੇ ਹੋ ਜੇ। ਮੈਂ ਕਿਹਾ ਜੇ ਵਾਲੀ ਗੱਲ ਕੋਈ ਨਹੀਂ ਆ, ਮੈਂ ਆਪੇ ਬਣਾਊਂਗਾ। ਮੈਂ ਪਹਿਲੀ ਜਿਹੜੀ ਨਰੇਸ਼ਨ ਦਿੱਤੀ ਸੀ ਯੋਗਰਾਜ ਸਾਹਿਬ ਨੂੰ ਦਿੱਤੀ ਸੀ ਔਰ ਉਹਨਾਂ ਨੇ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਜੇ ਗੁੱਗੂ ਆਉਂਦਾ ਤਾਂ
ਕਹਾਣੀ ਬਹੁਤ ਵਧੀਆ ਔਰ ਗੁੱਗੂ ਗਿੱਲ ਸਾਹਿਬ ਦੇ ਪਿੰਡ ਗਏ, ਇਕੱਠੇ ਖਾਣਾ ਖਵਾਉਣਾ ਖਾਧਾ, ਗੱਲ ਕੀਤੀ ਉਹਨਾਂ ਨਾਲ। ਉਹ ਕਹਿੰਦੇ ਜੇ ਜੋਗਰਾਜ ਸਾਹਿਬ ਆ ਰਹੇ ਆ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ। ਬੇਸਿਕਲੀ ਗੱਲ ਵਿੱਚੋਂ ਸਾਰੀ ਸਮਝਣ ਤੋਂ ਬਾਅਦ ਗੱਲ ਮਾੜੀ ਮੋਟੀ ਕੋਈ ਮਨ ਮੁਟਾਵ ਜੇ ਕਿਸੇ ਨੇ ਬਣਾਇਆ ਹੋਊਗਾ, ਔਰਾ ਬਣਾ ਦਿੰਦਾ ਨਾ ਉਹ ਤਾਂ ਤੁਹਾਡੇ ਬਾਰੇ ਆਹ ਕਹਿੰਦਾ ਹੋਊਗਾ, ਇਹ ਗੱਲਾਂ ਜਿਹੜੀਆਂ ਹੁੰਦੀਆਂ ਫੋਕੀਆਂ ਉਹਨਾਂ 'ਚ ਹੀ ਬੰਦਾ ਪਿੱਛੇ ਪਿੱਛੇ ਰਹਿ ਜਾਂਦਾ। ਉਹਨਾਂ ਦੀ ਸਗੋਂ ਦੋਸਤੀ ਇੰਨੀ ਜ਼ਿਆਦਾ ਸੀ ਕਿ ਸਾਨੂੰ ਸੈੱਟ 'ਤੇ ਵੀ ਇੰਨੀ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਈ, ਕੋਈ ਪ੍ਰੋਬਲਮ ਨਹੀਂ ਆ, ਸਾਡਾ ਸ਼ੂਟ ਬਹੁਤ ਸਮੂਥਲੀ ਔਰ ਹੱਸਦਿਆਂ ਖੇਡਦਿਆਂ ਹੀ ਹੋ ਗਿਆ ਜੀ। ਅਤੇ ਅੱਛਾ ਇੱਕ ਗੱਲ, ਜਿਹੜੀ ਤੁਹਾਡੀਆਂ ਮਤਲਬ ਤਿੰਨ ਫਿਲਮਾਂ ਹੈ, ਫੀਚਰ ਫਿਲਮਾਂ ਤੁਸੀਂ ਰਿਲੀਜ਼ ਕੀਤੀਆਂ, ਪਹਿਲੀ ਸਿੱਪੀ ਦੇ ਨਾਲ ਹੋਈ, ਉਸ ਤੋਂ ਬਾਅਦ ਤੁਸੀਂ ਗਨ ਐਂਡ ਗੋਲ ਦੇ ਵਿੱਚ ਇੱਕ ਨਵੇਂ ਚਿਹਰੇ ਨੂੰ ਲੈ ਕੇ ਆਏ, ਉਸ ਤੋਂ ਬਾਅਦ ਵਿਕਰਮ ਰਾਂਝਾ ਇਸ ਫਿਲਮ ਦਾ ਹਿੱਸਾ ਬਣੇ 25 ਕਿੱਲੇ ਦਾ। ਇਹ ਤਿੰਨੋਂ ਹੀ ਫਿਲਮਾਂ ਤੁਸੀਂ ਨਵੇਂ ਚਿਹਰਿਆਂ ਦੇ ਨਾਲ ਕਿਉਂ ਕੀਤਾ, ਕੋਈ ਐਕਸਪੈਰੀਮੈਂਟ ਸੀ ਜਾਂ ਫਿਰ ਉਹਨਾਂ ਵੱਲੋਂ ਤੁਹਾਨੂੰ ਕੋਈ ਮੌਕਾ ਸੀ ਜਾਂ ਤੁਸੀਂ ਉਹਨਾਂ ਨੂੰ ਕੋਈ ਮੌਕਾ ਦਿੱਤਾ? ਨਹੀਂ, ਇਹ ਹਾਲਾਤ ਇੱਕ ਦੂਜੇ ਨੂੰ ਮੌਕਾ ਦਿੰਦੇ ਨੇ, ਮੇਨ ਜਿਹੜੇ ਮੈਨੂੰ ਲੱਗਦਾ ਗੱਲ। ਔਰ ਮੈਂ ਉਸ ਬੰਦੇ ਨੂੰ ਵੈਲਕਮ ਜ਼ਰੂਰ ਕਹਿੰਦਾ ਵਾਂ ਜਿਹੜਾ ਆਪਣੀ ਫੀਲਡ ਦਾ ਨਹੀਂ ਆ, ਪੰਜਾਬ ਦਾ ਨਹੀਂ ਵੀ ਹੋ ਕੇ ਦੂਰੋਂ ਕਿਸੇ ਹੋਰ ਸਟੇਟ 'ਚੋਂ ਆ ਕੇ ਤੁਹਾਡੇ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਪੰਜਾਬੀ ਫਿਲਮਾਂ ਬਣਾਉਣਾ ਚਾਹੁੰਦਾ, ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰਨਾ ਚਾਹੁੰਦਾ, ਕਿਉਂਕਿ ਡਾਇਰੈਕਟਲੀ ਇਨਡਾਇਰੈਕਟਲੀ ਕਮ ਸੇ ਕਮ 1,000 ਤੋਂ 2,000 ਬੰਦਾ ਇੱਕ ਛੂਟ ਤੋਂ ਰੋਟੀ ਖਾ ਰਿਹਾ ਹੁੰਦਾ। ਜੇ ਸਾਡਾ ਫਰਜ਼ ਬਣਦਾ ਵੀ ਪੰਜਾਬੀ ਸਿਨੇਮੇ ਨੂੰ ਜੇ ਕੋਈ ਬਾਹਰੋਂ ਬੰਦਾ ਆਉਂਦਾ ਤਾਂ ਉਹਨੂੰ ਇਹ ਨਾ ਸੋਚਿਆ ਜਾਵੇ ਕਿ ਇਹ ਮੁਰਗਾ ਕੋਈ ਆ ਗਿਆ, ਇਹਨੂੰ ਕੱਟ ਲਓ, ਵੱਢ ਲਓ, ਖਾ ਲਓ। ਉਹਦੇ ਲਈ ਓਨੈਸਟਲੀ ਕੰਮ ਕਰੋ ਔਰ ਉਹਨੂੰ ਵੈਲਕਮ ਕਹੋ। ਵੈਲਕਮ ਕਹਾਂਗੇ ਤਾਂ ਸਾਡਾ ਸਿਨੇਮਾ ਜ਼ਿੰਦਾ ਰਹੂਗਾ, ਕਿਉਂਕਿ ਇੱਥੇ ਇੰਨੇ ਇਨਵੈਸਟਰ ਹੈ ਨਹੀਂ ਕਿ ਇੱਥੋਂ ਹੀ ਉੱਠ ਉੱਠ ਕੇ ਬਣਾਈ ਜਾਣਗੇ ਫਿਲਮਾਂ। ਬਾਹਰੋਂ ਬਹੁਤ ਆਉਂਦੇ ਆ ਸੱਜਣ ਮਿੱਤਰ ਜਿਹੜੇ ਕੋਈ ਫੋਰਨ ਦੇ ਵਿੱਚ ਰਹਿੰਦੇ ਆ ਜਾਂ ਕੋਈ ਹੋਰ ਸਟੇਟਾਂ 'ਚ ਪੰਜਾਬੀ ਪਹਿਲਾਂ ਗਏ ਨੇ, ਉਹਨਾਂ ਦਾ ਹੁੰਦਾ ਕਿ ਆਪਣੀ ਮਾਂ ਬੋਲੀ ਲਈ ਕੁਛ ਕਰੀਏ। ਅਤੇ ਇੱਦਾਂ ਹੀ ਵਿਕਰਮ ਦਾ ਵੀ ਮੋਹਾਲੀ ਦਾ ਹੀ, ਉਹ ਵੀ ਰਹਿਣ ਵਾਲਾ, ਉਹਨੇ ਮੇਰੇ ਨਾਲ ਗੱਲ ਕੀਤੀ ਇੱਦਾਂ ਦਾ। ਇਹ ਨਹੀਂ ਕਿ ਨਵਾਂ ਚਿਹਰਾ ਨਹੀਂ ਸੀ, ਉਹਨੇ ਕਈ ਸਾਊਥ ਦੇ ਵਿੱਚ ਫਿਲਮਾਂ ਕੀਤੀਆਂ ਸੀ, ਹਿੰਦੀ ਫਿਲਮਾਂ ਕੀਤੀਆਂ ਸੀ, ਅਤੇ ਮੈਨੂੰ ਲੱਗਿਆ ਕਿ ਕਰਨਾ ਚਾਹੀਦਾ ਕੰਮ। ਔਰ ਉਹਨੇ ਬਹੁਤ ਓਨੈਸਟਲੀ ਫਿਲਮ ਲਈ ਐਫਰਟ ਕੀਤੇ ਸੀ, ਅਸੀਂ ਸਾਰਿਆਂ ਨੇ ਟੀਮ ਨੇ ਵਧੀਆ ਐਫਰਟ ਕੀਤੇ, ਫਿਲਮ ਵਧੀਆ ਬਣੀ ਜੀ। ਗਨ ਐਂਡ ਗੋਲ ਐਂਡ ਜਿਹੜੀ 25 ਕਿੱਲੇ ਆ, ਇਹ ਦੋਨਾਂ ਦੇ ਫਿਲਮ ਦੇ ਪ੍ਰੋਡਿਊਸਰ ਵੀ ਜਿਹੜੇ ਉਹਨਾਂ ਦੇ ਮੁੱਖ ਅਦਾਕਾਰ ਸੀਗੇ ਉਹੀ ਸੀਗੇ, ਅਤੇ ਉਹਨਾਂ ਦੇ ਨਾਲ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ? ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਿਹੜਾ ਬੰਦਾ ਫਿਲਮ 'ਤੇ ਪੈਸਾ ਲਾ ਰਿਹਾ ਹੁੰਦਾ ਉਹਨੂੰ ਹੁੰਦਾ ਕਿ ਫਿਲਮ ਦੇ ਵਿੱਚ ਮੈਂ ਹੀ ਮੈਂ ਦਿਖਾਂ, ਹੈ ਨਾ? ਬਿਲਕੁਲ ਬਿਲਕੁਲ। ਇਹਨਾਂ ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਮੈਂ ਕੁੱਲ ਮਿਲਾ ਕੇ ਕਹਿਣਾ ਚਾਹੁੰਦਾ ਕਿ ਮਤਲਬ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਆਉਂਦੀ ਆ, ਕਿਤੇ ਨਾ ਕਿਤੇ ਸਾਨੂੰ ਵੀ ਝੱਲਣਾ ਪੈਂਦਾ ਵਾ, ਕਿਤੇ ਨਾ ਕਿਤੇ ਅਸੀਂ ਵੀ ਕਹਿ ਦਿੰਦੇ ਹਾਂ ਕਿ ਭਾਅ ਜੀ ਆਹ ਗੱਲਾਂ ਜੇ ਇੱਦਾਂ ਕਰ ਲਈਏ ਤਾਂ ਚੰਗੇ ਰਹਾਂਗੇ, ਜੇ ਤੁਸੀਂ ਆਪਣੀ ਮਰਜ਼ੀ ਚਲਾਉਣੀ ਆ ਤਾਂ ਤੁਹਾਨੂੰ ਘਾਟਾ ਹੋ ਸਕਦਾ। ਮੈਂ ਇੱਕ ਵਾਰਾਂ ਨਹੀਂ, ਹਰ ਪ੍ਰੋਡਿਊਸਰ ਨੂੰ ਜੇ ਕੋਈ ਪ੍ਰੋਡਿਊਸਰ ਹੀਰੋ ਆ ਰਿਹਾ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਰਿਹਾ, ਮੈਂ ਘੱਟ ਤੋਂ ਘੱਟ ਉਹਨਾਂ ਨੂੰ 10 ਵਾਰਾਂ ਇਹ ਰਿਕੁਐਸਟ ਜ਼ਰੂਰ ਕਰਦਾ ਜੇ ਕੋਈ ਗਲਤ ਹੋਵੇ ਕਿ ਆਹ ਕੰਮ ਨਹੀਂ ਇੱਦਾਂ ਕਰ ਲਓ। ਜੇ ਕੋਈ ਫਿਰ ਵੀ ਨਹੀਂ ਮੰਨਦਾ ਫਿਰ ਪਾਣੀ ਸਿਰ ਤੋਂ ਲੰਘ ਜਾਂਦਾ, ਫਿਰ ਉਹਨੂੰ ਬਾਅਦ 'ਚ ਅਹਿਸਾਸ ਜ਼ਰੂਰ ਹੁੰਦਾ ਕਿਸੇ ਵੀ ਬੰਦੇ ਨੂੰ ਕਿ ਮੈਂ ਸ਼ਾਇਦ ਮੰਨ ਲੈਂਦਾ ਚੰਗਾ ਹੁੰਦਾ। ਅਤੇ ਹੁਣ ਮੇਰਾ ਜਿਹੜਾ ਮੋਸਟਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਜਿਹੜਾ ਮੇਰਾ ਗੈਪ ਪੈਂਦਾ ਇਹਨਾਂ ਗੱਲਾਂ ਕਰਕੇ ਪੈਂਦਾ, ਵੀ ਮੈਂ ਉਹਨਾਂ ਨਾਲ ਗੱਲਾਂ ਬਹੁਤ ਓਪਨਲੀ ਹੋ ਕੇ ਕਰਦਾ। ਫਿਲਮ ਬਣਾਉਣੀ ਹੈ ਤਾਂ ਇੱਦਾਂ ਹੋਊਗਾ ਜੀ, ਆਹ ਹੋਊਗਾ, ਤੁਸੀਂ ਕੀ ਸੋਚਦੇ ਹੋ, ਰਿਲੀਜ਼ ਕਿੱਦਾਂ ਕਰਨਾ। ਜਦੋਂ ਮੈਂ ਇੰਨੇ ਸਾਰੇ ਸਵਾਲ ਕਰਦਾ ਕਿਸੇ ਵੇਲੇ ਲੋਕ ਸਵਾਲਾਂ ਤੋਂ ਭੱਜ ਜਾਂਦੇ ਆ, ਅਤੇ ਕਿ ਜਿਹਨੂੰ ਸਮਝ ਆ ਜਾਂਦੀ ਹੈ ਉਹ ਫਿਰ ਮੇਰੇ ਨਾਲ ਫਿਲਮ ਜ਼ਰੂਰ ਬਣਾਉਂਦਾ, ਤਾਂ ਫਿਲਮ ਰਿਲੀਜ਼ ਵੀ ਹੁੰਦੀ, ਵਧੀਆ ਲੋਕ ਦੇਖਦੇ ਵੀ। ਮੈਂ ਉਹੀ ਕਹਿਣ ਲੱਗੀ ਸੀ, ਮੈਂ ਕਿਹਾ 2017 ਵੀ ਸੁੱਕਾ ਹੀ ਗਿਆ। ਨਹੀਂ ਨਹੀਂ ਸੁੱਕਾ ਨਹੀਂ ਆ, ਨਹੀਂ ਨਹੀਂ ਸੁੱਕਾ ਨਹੀਂ ਆ, ਅਸੀਂ ਬਹੁਤ ਹੀ ਵਧੀਆ ਇੱਕ ਵਿਸ਼ੇ 'ਤੇ ਫਿਲਮ ਬਣਾਈ ਆ। ਪੰਜਾਬੀ ਦੇ ਵਿੱਚ ਬੱਚਿਆਂ 'ਤੇ ਫਿਲਮਾਂ ਨਹੀਂ ਬਣਦੀਆਂ, ਔਰ ਬੱਚਿਆਂ ਦੇ ਸਬਜੈਕਟ 'ਤੇ ਇੱਕ ਫਿਲਮ ਬਣਾਈ ਆ, ਪ੍ਰਿੰਸ ਕਵਲਜੀਤ ਸਿੰਘ ਦੀ ਸਟੋਰੀ ਲਿਖੀ ਆ, ਮੇਰੇ ਸਾਡੀ ਦੋਸਤੀ ਵੀ ਬਹੁਤ ਵਧੀਆ, ਭਰਾ ਅਸੀਂ ਭਰਾਵਾਂ ਵਾਂਗੂ ਹੀ ਹਾਂ। ਅਤੇ ਅਸੀਂ ਇਸ ਸਾਲ 'ਚ ਸਾਡੀ ਫਿਲਮ 17 'ਚ ਅਸੀਂ ਸ਼ੂਟ ਕੀਤੀ ਸੀ, ਰੱਬਾ ਰੱਬਾ ਮੀਂਹ ਵਰਸਾ। ਰੱਬਾ ਰੱਬਾ ਮੀਂਹ ਵਰਸਾ ਬੱਚਿਆਂ ਦਾ ਬਹੁਤ ਵਧੀਆ ਕੋਨਸੈਪਟ ਆ, ਪੰਜਾਬੀ ਦੇ ਵਿੱਚ ਮੇਰੇ ਖਿਆਲ ਨਾਲ ਪਹਿਲੀ ਫਿਲਮ ਆਊਗੀ ਅਸੀਂ ਜਿਹੜੀ ਬੱਚਿਆਂ ਦੇ ਉੱਤੇ ਕੰਮ ਕਰਕੇ ਬਣਾਈ ਹਾਂ, ਔਰ ਬਹੁਤ ਪਸੰਦ ਆਏਗੀ ਸਾਰਿਆਂ ਨੂੰ। ਸੁੱਕ ਮੇਰੇ ਲਈ ਸੁੱਕਾ ਨਹੀਂ, ਮੈਂ ਕੰਮ ਕੀਤਾ ਵਾ, ਬਸ ਰਿਲੀਜ਼ ਹੋਏਗੀ। ਅਤੇ ਇਹ ਕਦ ਰਿਲੀਜ਼ ਹੋ ਰਹੀ ਹੈ? ਇਸੇ ਸਾਲ 'ਚ ਹੀ ਹੋਏਗੀ, ਔਰ ਕੰਮ ਚੱਲ ਰਿਹਾ, ਪੋਸਟ ਦਾ ਚੱਲ ਰਿਹਾ ਉਹਦਾ ਕੰਮ, ਔਰ ਬਹੁਤ ਅੱਛੀ ਫਿਲਮ ਬਣੀ। ਭਾਜੀ ਸਿਨੇਮਾ ਕ੍ਰਿਟਿਕ ਕਹਿੰਦੇ ਨੇ ਕਿ ਜਿਹੜੀ ਫਿਲਮ ਹੁੰਦੀ ਹੈ ਉਹ ਡਾਇਰੈਕਟਰ ਦੇ ਲਈ ਆਪਣੇ ਇੱਕ ਬੱਚੇ ਦੇ ਵਾਂਗ ਹੁੰਦੀ ਹੈ, ਤੇ ਡਾਇਰੈਕਟਰ ਹੀ ਕੈਸਾ ਪਰਸਨ ਹੁੰਦਾ ਜਿਹਨੂੰ ਪਤਾ ਹੁੰਦਾ ਕਿ ਫਿਲਮ ਕੀ ਹੈ, ਕਿਸ ਵਿਸ਼ੇ ਦੇ ਉੱਪਰ ਬਣਾਈ ਜਾ ਰਹੀ ਹੈ, ਅਤੇ ਇਹਨੇ ਕਿਵੇਂ ਬਣ ਕੇ ਬਾਹਰ ਨਿਕਲਣਾ। ਬਿਲਕੁਲ ਬਿਲਕੁਲ। ਪਰ ਅੱਜ ਕੱਲ੍ਹ ਆਪਾਂ ਕਈ ਵਾਰ ਇਹ ਵੀ ਸੁਣਦੇ ਜਿਵੇਂ ਪ੍ਰੋਡਿਊਸਰ ਜਾਂਦੇ ਨੇ ਗੇ ਪੈਸਾ ਲੈ ਕੇ ਜਾਂ ਡਾਇਰੈਕਟਰ ਪ੍ਰੋਡਿਊਸਰ ਕੋਲ ਆਉਂਦੇ ਨੇ, ਉਹਨਾਂ ਦੀ ਆਪਸੀ ਕਨਵਰਸੇਸ਼ਨ ਕਈ ਵਾਰ ਇਹ ਵੀ ਰਹਿੰਦੀ ਹੈ ਕਿ
देखो जी फिल्म बनाउण दा एक बड़ा सीधा जिहा फार्मूला हैगा कि फिल्म च पंज गाने होणगे, मतलब पंज पंज मिनट दा एक गाना, पच्ची गाने हो चले गए। वैसे अपनियां पंजाबी फिल्मां दी ड्यूरेशन आ जिहड़ी उह मसां दो घंटे हुंदी आ, ते उस तों बाद जिहड़ा 10 मिनट दा इंटरवल निकल जांदा है, ते जिहड़े पिछे बचे 45-45 मिनट आ ਉਹਦੇ ਵਿੱਚੋਂ ਜਿਹੜੇ 15 ਮਿੰਟ ਦੇ ਸੀਨ ਆ ਹੀਰੋ ਤੇ ਹੋਣਗੇ, 15 ਮਿੰਟ ਦੇ ਸੀਨ ਇਹਦੇ ਤੇ ਹੋਣਗੇ, ਉਹ ਮਤਲਬ ਟਾਈਮ ਡਿਵਾਈਡੇਸ਼ਨ ਕਰ ਲੈਂਦੇ ਨੇਗੇ। ਤੇ ਇਹਦੇ ਇਹਦੇ ਚ ਤੁਹਾਡੀ ਗੱਲ ਮੈਂ ਟੋਕ ਰਿਹਾ, ਇਹਦੇ ਚ ਸਾਰਿਆਂ ਨਾਲ ਨਹੀਂ ਹੁੰਦਾ, ਜਿਹੜੇ ਸਿਆਣੇ ਲੋਕ ਹੁੰਦੇ ਆ ਉਹ ਕਹਿੰਦੇ ਫਿਲਮ ਤੇ ਕੰਮ ਕੀਤਾ ਜਾਵੇ, ਕਹਾਣੀ ਤੇ ਕੰਮ ਕੀਤਾ ਜਾਵੇ, ਕਿਹੜੇ ਕਿੰਨੇ ਸੀਨ ਉਹਦੇ ਤੇ ਕੰਮ ਨਾ ਕੀਤਾ ਜਾਵੇ। ਜਦੋਂ ਕਹਾਣੀ ਤੇ ਕੰਮ ਹੁੰਦਾ ਵਾ ਫਿਰ ਉਹ ਫਿਲਮ ਵਧੀਆ ਬਣ ਕੇ ਆਉਂਦੀ ਆ, ਲੋਕ ਵੀ ਉਹਨਾਂ ਨੂੰ ਕਹਿੰਦੇ ਵੀ ਕਿਆ ਬਾਤ ਹੈ। ਠੀਕ ਹੈ, ਜਦੋਂ ਮੇਰੇ ਨਾਲ ਵੀ ਇੱਕ ਬਹੁਤ ਹਾਸੀਏ ਜੋ ਕੀ ਆ ਹੁੰਦੇ ਰਹਿੰਦੇ ਆ ਮੇਰੇ ਨਾਲ ਵੀ, ਕਈ ਬੰਦੇ ਆਉਂਦੇ ਆ ਕਿ ਭਾਅ ਜੀ ਫਿਲਮ ਦੀ ਗੱਲ ਛੱਡੋ ਤੁਸੀਂ ਮੇਰੇ ਬਾਰੇ ਸੋਚੋ ਮੈਂ ਹੀਰੋ ਆਉਣਾ। ਮੈਂ ਉਹਨੂੰ ਇੱਕੋ ਹੀ ਗੱਲ ਕਹਿੰਦਾ, ਭਰਾਵਾ ਫਿਲਮ ਬਾਰੇ ਸੋਚ, ਤੂੰ ਹੀਰੋ ਆਪੇ ਬਣ ਜਾ। ਜਦੋਂ ਅਸੀਂ ਕਿਤੇ ਨਾ ਕਿਤੇ ਜਿੰਨੇ ਵੀ ਸਿਨੇਮੇ ਦੇ ਲੋਕ ਸੁਣਦੇ ਆ ਸਾਰੇ, ਸਾਨੂੰ ਇਮਾਨਦਾਰੀ ਇਹੀ ਰੱਖਣੀ ਚਾਹੀਦੀ ਹੈ ਕਿ ਫਿਲਮ ਬਾਰੇ ਸੋਚਿਆ ਜਾਵੇ। ਜੇ ਫਿਲਮ ਵਧੀਆ ਬਣੂਗੀ ਡਾਇਰੈਕਟਰ ਵੀ ਵਧੀਆ, ਮਤਲਬ ਉਹਦਾ ਵੀ ਨਾਂ ਬਣ ਜੂਗਾ, ਪ੍ਰੋਡਿਊਸਰ ਦਾ ਵੀ ਬਣ ਜੂਗਾ, ਹੀਰੋ ਦਾ ਵੀ ਬਣ ਜੂਗਾ। ਤੇ ਜੇ ਨਹੀਂ ਬਣੇਗੀ ਤਾਂ ਫਿਰ ਕਿਸੇ ਦਾ ਵੀ ਨਹੀਂ ਬਣੇਗਾ, ਪੈਸਾ ਵੀ ਡੁੱਬ ਜਾਏਗਾ। ਜੀ ਬਿਲਕੁਲ। ਤੇ ਫਿਲਮ ਔਨਲਾਈਨ ਮਾਫੀਆ ਦੀ ਗੱਲ ਕਰਦੇ ਆ, ਮੈਂ ਜਦੋਂ ਲਾਡੀ ਹੋਰਾਂ ਦੇ ਨਾਲ ਗੱਲ ਚੱਲ ਰਹੀ ਸੀ, ਮੈਂ ਕਿਹਾ ਪੰਜਾਬ ਦੇ ਵਿੱਚ ਰੇਤ ਮਾਫੀਆ ਦਾ ਤਾਂ ਬੜਾ ਰੌਲਾ ਹੈਗਾ, ਪਰ ਉਸ ਦੇ ਨਾਲ ਨਾਲ ਜਿਹੜਾ ਮਿਊਜ਼ਿਕ ਇੰਡਸਟਰੀ ਦਾ ਰੱਬ ਬਣੇ ਬੈਠੇ ਨੇ ਲੋਕ ਜਿਹੜੇ ਔਨਲਾਈਨ ਪ੍ਰੋਮੋਸ਼ਨਸ ਵਾਲੇ ਨੇ, ਹੈ ਨਾ। ਤੇ ਉਸ ਮੁੱਦੇ ਦੇ ਉੱਪਰ ਅਸੀਂ ਇੰਟਰਵਿਊਜ਼ ਦੇ ਵਿੱਚ ਵੀ ਸਾਡਾ ਰਹਿੰਦਾ ਹੈ ਕਿ ਕੋਸ਼ਿਸ਼ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਕੀਤੀ ਜਾਵੇ ਉਸ ਚੀਜ਼ ਬਾਰੇ, ਕਿਉਂਕਿ ਜਿਹੜੇ ਨਵੇਂ ਲੋਕ ਆ ਰਹੇ ਨੇਗੇ ਬੜਾ ਮੈਨੂਪਲੇਟ ਹੋ ਰਹੇ ਨੇ, ਜਾਂ ਫਿਰ ਇੰਡਸਟਰੀ ਦੇ ਵਿੱਚ ਜਿਹੜੇ ਹੈਗੇ ਵੀ ਨੇ ਉਨੀ ਸ਼ਾਇਦ ਰਕਮ ਆ ਜਿਹੜੀ ਗਾਣਾ ਬਣਾਉਣ 'ਤੇ ਨਹੀਂ ਲੱਗਦੀ ਜਿੰਨਾ ਔਨਲਾਈਨ ਪ੍ਰੋਮੋਸ਼ਨ ਵਾਲੇ ਮੰਗਦੇ ਨੇਗੇ, ਹੈ ਨਾ। ਅਤੇ ਇਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਕਿ ਇਸ ਚੀਜ਼ ਦੇ ਉੱਪਰ ਫਿਲਮ ਬਣਾਈ ਜਾਵੇ? ਆਈਡੀਆ ਤਾਂ ਦੇਖੋ ਸਾਡੇ ਆਲੇ ਦੁਆਲੇ ਹੀ ਹੁੰਦਾ, ਔਰ ਮੈਂ ਵੀ ਇਹਨਾਂ ਸਾਰਿਆਂ 'ਚ ਵਿਚਰਦਾ ਹੀ ਹਾਂ। ਹੈ ਤਾਂ ਆਪਣੇ ਭਰਾ ਹੀ, ਕੋਈ ਉਹ ਨਹੀਂ। ਹਰ ਬੰਦੇ ਦਾ ਇੱਕ ਕੰਮ ਹੁੰਦਾ ਆਪੋ ਆਪਣਾ ਕਰਨ ਦਾ ਤਰੀਕਾ। ਅਤੇ ਮੈਂ ਇੰਨਾ ਕਹਿੰਦਾ ਵੀ ਜੇ ਕੋਈ ਆਰਟਿਸਟ ਆਪਣੀ ਮੰਨ ਲਓ ਆਪਣੇ ਉੱਤੇ ਵਧੀਆ ਮਿਊਜ਼ਿਕ ਬਣਾਉਂਦਾ, ਵਧੀਆ ਗਾਣਾ ਕਰਦਾ ਵਾ, ਵਧੀਆ ਰਿਆਜ਼ ਕਰਕੇ ਕਰਦਾ, ਫਿਰ ਵੀਡੀਓ ਵਧੀਆ ਬਣਾਉਂਦਾ ਵਾ, ਤਾਂ ਪਬਲਿਕ ਆਪ ਹੀ ਦੇਖਦੀ ਹੈ। ਜੇ ਤੁਸੀਂ ਮੰਨ ਲਓ ਕਹੋਗੇ ਕਿ ਤੁਸੀਂ ਇਹ ਕੰਮ ਨਹੀਂ ਕਰਦੇ ਚੰਗੀ ਤਰ੍ਹਾਂ, ਤਾਂ ਫਿਰ ਤੁਸੀਂ ਕਹੋਗੇ ਕਿ ਮੈਨੂੰ ਮਤਲਬ ਯਾਰ ਉਹਦੇ ਤਾਂ ਇੰਨੇ ਵਿਊ ਆ, ਮੇਰੇ ਵੀ ਇੰਨੇ ਵਿਊ ਕਰਾ ਦਿਓ। ਉਹ ਮਤਲਬ ਲੋਕ ਜਾਂਦੇ ਨੇ, ਉਹ ਵੀ ਕਹਿ ਦਿੰਦੇ ਵੀ ਹਾਂਜੀ ਕਰਾ ਦਿੰਦੇ ਨੇ। ਅੱਜ ਕੱਲ੍ਹ ਤਾਂ ਇੱਦਾਂ ਹੁੰਦਾ ਕਿ ਅੱਜ ਰਾਤ ਨੂੰ ਤੁਸੀਂ ਦੇਖਦੇ ਹੋ ਕਿਸੇ ਦਾ 10 ਲੱਖ ਵਿਊ, ਤਾਂ ਅਗਲੇ ਦਿਨ 5 ਲੱਖ ਰਹਿ ਜਾਂਦਾ। ਕਿਉਂਕਿ ਜੇ ਅਗਰ ਫੇਕ ਨਹੀਂ ਆ, ਮੰਨ ਲਓ ਜੇ ਫੇਕ ਨਾ ਹੋਵੇ, ਤਾਂ ਆਰਟਿਸਟ ਜਿਹੜਾ ਵੀ ਮੈਂ ਵੇਖਿਆ, ਮੰਨ ਲਓ ਜਿਹਦੇ 20 ਲੱਖ ਵਿਊ ਆ, ਮੈਂ ਜੋ ਸੋਚਦਾ ਵਾਂ, ਉਹ ਮਹੀਨੇ 'ਚ ਘੱਟੋ ਘੱਟ 5-7 ਪ੍ਰੋਗਰਾਮ ਤਾਂ ਲਾਊਗਾ। ਅਤੇ 20 ਲੱਖ 50 ਲੱਖ ਸ਼ੋਅ ਹੋਣ ਤੋਂ ਬਾਅਦ ਮਤਲਬ ਬੰਦਾ ਆਪ ਦੱਸੇ ਕਿਸੇ ਨੂੰ ਕਿ ਮੇਰਾ ਆਹ ਦੇਖਿਓ ਗਾਣਾ ਆਇਆ, ਉਹ ਇੱਕ ਬਹੁਤ ਫਿਰ ਨਾਇਨਸਾਫੀ ਲੱਗਦੀ ਆ। ਫਿਰ ਇਹ ਵੀ ਲੱਗਦਾ ਜੇ ਕੋਈ ਚੱਲਿਆ ਜਾ ਰਿਹਾ, ਉਹਨੂੰ 4 ਲੋਕ ਦੇਖਣ ਕੇ ਬੁਲਾਉਣ ਨਾ, ਫੇਮਸ ਹੋਣਾ ਇੱਕ ਉਹਨੂੰ ਵੀ ਕਹਿੰਦੇ ਆ। ਫਿਰ ਫੇਮਸ ਹੋਣਾ ਇੱਦਾਂ ਵੀ ਕਹਿੰਦੇ ਵੀ ਬੰਦਾ ਮੰਨ ਲਓ ਜ਼ਿਆਦਾ ਨਹੀਂ, ਤਾਂ ਜਿਹੜਾ ਜੈਨੂਅਨ ਚੱਲਿਆ ਹੁੰਦਾ ਵਾ ਉਹਨੂੰ ਲੋਕ ਪ੍ਰੋਗਰਾਮ ਜ਼ਰੂਰ ਦਿੰਦੇ, ਚਾਹੇ ਕੋਈ ਮੇਲੇ 'ਤੇ ਬੁਲਾ ਲੈਂਦਾ, ਚਾਹੇ ਕੋਈ ਵਿਆਹ 'ਤੇ ਬੁਲਾ ਲੈਂਦਾ, ਚਾਹੇ ਕੋਈ ਕਾਲਜ 'ਚ ਬੁਲਾ ਲੈਂਦਾ। ਮੇਰੇ ਖਿਆਲ ਨਾਲ ਤਾਂ 10-15-20 ਕਲਾਕਾਰ ਹੀ ਹੋਣਗੇ ਜਿਹੜੇ ਪ੍ਰੋਗਰਾਮ ਲਾਉਂਦੇ ਹੋਣਗੇ, ਜਾਂ ਫਿਰ ਉਹ ਮੈਂ ਦੇਖੇ ਪ੍ਰੋਗਰਾਮ ਲਾਉਂਦੇ ਜਿਨ੍ਹਾਂ ਨੂੰ ਮਤਲਬ ਵਿਊਜ਼ ਦੇ ਨਾਲ ਕੋਈ ਇਲਾਕਾ ਦੇਖਿਆ ਹੀ ਨਹੀਂ। ਮਤਲਬ ਜਿਨ੍ਹਾਂ ਨੇ ਕਿਸੇ ਦਾ ਗਾਣਾ ਮੈਂ ਦੇਖਿਆ, ਉਹ 50,000 ਵਿਊ ਨਾ ਹੋਊਗਾ, ਲੇਕਿਨ ਉਹ ਪ੍ਰੋਗਰਾਮ ਲਾ ਰਿਹਾ ਹੋਊਗਾ, ਕਲਾਕਾਰ ਤਾਂ ਉਹੀ ਹੋਇਆ। ਅਤੇ ਮੈਨੂੰ ਜਿਹੜਾ ਲੱਗਿਆ ਕਿਤੇ ਵੀ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਕਿ ਮਤਲਬ ਥੋੜ੍ਹਾ ਜਿਹਾ ਜੈਨੂਅਨ ਹੋ ਜਾਏ, ਥੋੜ੍ਹਾ ਜਿਹਾ ਚਲੋ ਕੋਸ਼ਿਸ਼ ਹੀ ਹੁੰਦੀ ਆ। ਰੋਜ਼ ਆਪਾਂ ਰੌਲਾ ਪਾਉਂਦੇ ਹਾਂ ਵੀ ਇੱਦਾਂ ਹੋਣਾ ਚਾਹੀਦਾ ਗਾਣਾ, ਇੱਦਾਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਜੇ ਹੋਣਾ ਚਾਹੀਦਾ। ਅਤੇ ਇਹ ਵੀ ਇੱਕ ਮਤਲਬ ਜੇ ਮਾਫੀਆ ਲਾ ਲਓ ਕਿ ਤੁਸੀਂ ਕੋਈ ਆਉਂਦਾ ਵਾ ਸਿੰਗਰ ਤੁਹਾਡੇ ਕੋਲ, ਤੁਸੀਂ ਕਹਿੰਦੇ ਵੀ ਰਾਤੋਂ ਰਾਤ ਤੁਹਾਨੂੰ ਸਟਾਰ ਬਣਾ ਦਿਆਂ, ਸਟਾਰ ਦਾ ਮਤਲਬ ਮੈਨੂੰ ਤਾਂ ਸਮਝ ਨਹੀਂ ਆਇਆ। ਕਿਉਂਕਿ ਜੇ ਤੁਸੀਂ ਵਿਊ ਦੇ ਨਾਲ ਸਟਾਰ ਬਣਦੇ ਹੋ ਤਾਂ ਉਹ ਪੈਸਾ ਤਾਂ ਤੁਹਾਡਾ ਲੱਗ ਗਿਆ ਸਾਰਾ, ਜਾਂ ਪੈਸਾ ਸ਼ੋਅ ਤੋਂ ਆਊਗਾ, ਜਾਂ ਤੁਸੀਂ ਕਈ ਮੈਂ ਦੇਖੇ ਵਿਚਾਰੇ ਉਹ ਘਰੋਂ ਬੇਘਰ ਵੀ ਹੋ ਜਾਂਦੇ, ਪੈਸਾ 10-15-20 ਲੱਖ ਰੁਪਏ ਘਰੋਂ ਲਿਆ ਕੇ ਲਾ ਕੇ, ਉਹ 20 ਲੱਖ ਵਿਊ ਆ ਜੀ, 50 ਲੱਖ ਵਿਊ ਹੋ ਜੀ, ਫਿਰ ਵੀ ਕੋਈ ਜਾਣ ਨਹੀਂ ਰਿਹਾ, ਬਿਲਕੁਲ ਉਹ ਫੇਕ ਆ। ਲਾਡੀ ਸ਼ਿਕਾਰੀ ਹੋਰਾਂ ਦੇ ਨਾਲ ਗੱਲ ਹੋ ਰਹੀ ਸੀ ਕਿ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਨੂੰ ਇੰਡਸਟਰੀ ਦੇ ਵਿੱਚੋਂ ਹੀ ਕਈ ਫੋਨ ਆਏ ਨੇ ਕਿ ਤੁਸੀਂ ਸਾਨੂੰ ਟਾਰਗੇਟ ਕੀਤਾ, ਤੁਸੀਂ ਸਾਡੀ ਗੱਲ ਕੀਤੀ ਆ, ਐਂ ਕਿਉਂ ਕੀਤਾ ਤੁਸੀਂ? ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤੁਹਾਨੂੰ ਕਿੱਦਾਂ ਦਾ ਫੀਡਬੈਕ ਆਇਆ? ਮੈਨੂੰ ਜ਼ਿਆਦਾ ਪੋਜ਼ਿਟਿਵ ਆਇਆ, ਮੈਨੂੰ ਜ਼ਿਆਦਾ ਲੋਕਾਂ ਨੇ ਕਿਹਾ ਬਹੁਤ ਵਧੀਆ ਕੋਸ਼ਿਸ਼ ਹੈ ਤੁਹਾਡੀ। ਅਤੇ ਜੇ ਕੋਈ 2-4 ਨੈਗੇਟਿਵ ਵੀ ਹੋਣਗੇ ਤਾਂ ਮੈਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਉਹਦੇ ਲਈ ਅੜਚਣਾ ਪਾਉਣ ਵਾਲੇ ਵੀ ਆਉਣਗੇ,
ਤੇ ਸ਼ਾਰਟ ਫਿਲਮ ਤਾਂ ਕੀਤੀ ਗਈ ਹੈ ਕਿਉਂਕਿ ਇਸ ਮੁੱਦੇ ਦੇ ਉੱਤੇ ਫੀਚਰ ਫਿਲਮ ਨਹੀਂ ਬਣਾ ਸਕਦੇ। ਮੁੱਦਾ ਫਿਰ ਜਦੋਂ ਇੱਦਾਂ ਦਾ ਕੋਈ ਮੁੱਦਾ ਹੁੰਦਾ ਇਹਦੇ ਲਈ ਕੋਈ ਪ੍ਰੋਡਿਊਸ ਵੀ ਨਹੀਂ ਕਰਨਾ ਚਾਹੁੰਦਾ, ਅਤੇ ਇਹ ਆਪ ਹੀ ਜਿਹੜਾ ਐਫਰਟ ਕਰਕੇ ਅਸੀਂ ਇੱਕ ਦਿਨ ਦੀ ਸਾਡੀ ਮਿਹਨਤ ਆ ਔਰ ਸਾਰਿਆਂ ਜੀ। ਜਦੋਂ ਆਪਾਂ ਤੁਹਾਡੀਆਂ ਪਿਛਲੀਆਂ ਇੰਟਰਵਿਊ ਸੁਣਦੇ ਹਾਂ ਤਾਂ ਉਹਨਾਂ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੋ ਕਿ ਤੁਸੀਂ ਹਿੰਦੀ ਦੀਆਂ ਵੀ ਕਈ ਫਿਲਮਾਂ ਜਾਂ ਹਿੰਦੀ ਦੀ ਕਿਸੇ ਫਿਲਮ ਦਾ ਸ਼ੂਟ ਸ਼ੁਰੂ ਕਰਨ ਜਾ ਰਹੇ ਹੋ ਜਾਂ ਫਿਰ ਕਰੋਗੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ, ਤੇ ਉਧਰੋਂ ਕੀ ਖਬਰਾਂ ਨੇ? ਕੁਛ ਇਹਨੂੰ ਤਾਂ ਮੈਂ ਕਿਸਮਤ ਵੀ ਕਹਿੰਦਾ, ਲੱਕ ਵੀ ਕਹਿੰਦਾ ਪਰਮਾਤਮਾ ਦੀ। ਕੁਛ ਮੇਰੇ ਇੱਕ ਦੋ ਪ੍ਰੋਜੈਕਟ ਜਿਹੜੇ ਡਿਲੇ ਹੋ ਗਏ ਸੀ, ਬਹੁਤ ਵਧੀਆ ਮਤਲਬ ਪ੍ਰੋਜੈਕਟ ਸੀ। ਆਉਣ ਵਾਲੇ ਸਮੇਂ 'ਚ ਹਿੰਦੀ ਵੀ ਕਰਾਂਗੇ ਅਤੇ ਪੰਜਾਬੀ ਤਾਂ ਕਰ ਹੀ ਰਹੇ ਹਾਂ ਔਲਰੇਡੀ, ਅਤੇ ਵਧੀਆ ਫਿਲਮਾਂ ਦੋ ਪੰਜਾਬੀ ਆ ਰਹੀਆਂ ਅੱਗੇ ਜਿਹੜੀ ਜਲਦੀ ਸ਼ੂਟ ਸ਼ੁਰੂ ਹੋ ਰਹੀ ਜੀ। ਅਤੇ ਦਿਲ ਕਰ ਰਿਹਾ ਸੀ ਹੋਰ ਗੱਲਾਂ ਇਹਨਾਂ ਦੇ ਨਾਲ ਕਰੀਏ, ਪਰ ਇਸ ਵੇਲੇ ਮੌਸਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਭਾਜੀ ਤੁਹਾਡੀਆਂ ਉਮੀਦ ਕਰਾਂਗੀ ਕਿ 2018 ਦੇ ਵਿੱਚ ਬਹੁਤ ਚੰਗੀਆਂ ਫਿਲਮਾਂ ਰਿਲੀਜ਼ ਹੋਣ ਅਤੇ ਫਿਰ ਸਬੱਬ ਬਣੇ ਅਤੇ ਆਪਾਂ ਨਿਊਜ਼ ਨੰਬਰ ਦੀ ਸਕਰੀਨ 'ਤੇ ਇਸੇ ਤਰ੍ਹਾਂ ਹੀ ਇਕੱਠੇ ਹੋਈਏ ਅਤੇ ਫਿਰ ਤੁਹਾਡੇ ਸਫ਼ਰ ਬਾਰੇ ਜਾਂ ਜੋ ਗੱਲਾਂ ਅੱਜ ਦੀ ਕਨਵਰਸੇਸ਼ਨ ਦੇ ਵਿੱਚ ਰਹਿ ਗਈਆਂ ਨੇਗੀਆਂ ਬਾਕੀ, ਅਤੇ ਉਹ ਫਿਰ ਆਪਾਂ ਅਗਲੀ ਜਿਹੜੀ ਗੱਲਬਾਤ ਦੇ ਵਿੱਚ ਇਸੇ ਤਰ੍ਹਾਂ ਜਾਰੀ ਰੱਖਾਂਗੇ। ਬਿਲਕੁਲ ਜੀ, ਇੱਕ ਤੁਹਾਡਾ ਸ਼ੇਰ ਆ, ਮੈਂ ਚਾਹੂੰਗੀ ਕਿ ਜਾਂਦੇ ਜਾਂਦੇ ਤੁਸੀਂ ਉਹ ਜ਼ਰੂਰ ਸਾਨੂੰ ਸੁਣਾ ਕੇ ਜਾਓ, ਜੇ ਰਾਹਾਂ ਵਿੱਚ ਆਉਣ ਮੁਸ਼ਕਿਲਾਂ ਤਾਂ ਹੌਸਲੇ ਬੁਲੰਦ ਕਰ। ਕਦੇ ਕਦੇ ਲਿਖ ਲੈਂਦਾ ਸਾਰੇ ਦੋਸਤਾਂ ਨੂੰ, ਜ਼ਿਆਦਾ ਵੱਡਾ ਰਾਈਟਰ ਨਹੀਂ ਪਰ ਮੈਨੂੰ ਕਾਫੀ ਦੋਸਤ ਕਹਿੰਦੇ ਰਹਿੰਦੇ ਤੁਸੀਂ ਲਿਖਿਆ ਕਰੋ, ਜੇ ਰਾਹਾਂ ਵਿੱਚ ਆਉਣ ਮੁਸ਼ਕਿਲਾਂ ਹੌਸਲੇ ਬੁਲੰਦ ਕਰ ਲਈ, ਦਿਲਾਂ ਪਿੱਛੇ ਮੁੜੀ ਨਾ ਤੇਰੇ ਫੈਸਲੇ ਦੀ ਕੜੀ ਹੋਵੇਗੀ, ਮੈਂ ਜਾਣਦਾ ਹਾਂ ਦੁੱਖ ਸਾਰੇ ਭੁੱਲ ਜਾਏਗਾ ਕਿਉਂਕਿ ਮੰਜ਼ਿਲ ਤੇਰੀ ਹੀ ਉਡੀਕ ਵਿੱਚ ਖੜੀ ਹੋਗੀ। ਔਰ ਮੰਜ਼ਿਲ ਹਰ ਬੰਦੇ ਦੀ ਉਸਦੀ ਉਡੀਕ 'ਚ ਖੜੀ ਹੈ ਜਿਹੜਾ ਮਿਹਨਤ ਕਰਨ ਵਾਲਾ। ਅਤੇ ਨਿਊਜ਼ ਨੰਬਰ ਦਾ ਥੈਂਕ ਯੂ ਜੀ, ਮਿਹਰਬਾਨੀ ਜੀ, ਤੁਸੀਂ ਇੰਨੀਆਂ ਗੱਲਾਂ ਸਾਰਿਆਂ ਨਾਲ ਕਰਾਈਆਂ ਜੀ, ਬਹੁਤ ਮਿਹਰਬਾਨੀ ਭਾਜੀ। ਅਤੇ ਅਗਲੀ ਆਪਾਂ ਗੱਲਬਾਤ ਦੇ ਵਿੱਚ ਥੋੜ੍ਹੀਆਂ ਟੈਕਨੀਕਲ ਗੱਲਾਂ ਵੀ ਕਰਾਂਗੇ, ਡਾਇਰੈਕਟਰ ਕੀ ਹੁੰਦਾ ਜਾਂ ਕਿੱਦਾਂ ਡਾਇਰੈਕਟਰ ਬਣਿਆ ਜਾ ਸਕਦਾ ਵਾ, ਕਿਉਂਕਿ ਬਹੁਤ ਸਾਰੇ ਸਵਾਲ ਦੇਖਣ ਵਾਲਿਆਂ ਦੇ ਮਨ ਦੇ ਵਿੱਚ ਆਉਂਦੇ ਨੇ ਅਤੇ ਕਈ ਡਾਇਰੈਕਟਰ ਬਣਨਾ ਜਾਂ ਫਿਰ ਅਸਿਸਟੈਂਟ ਡਾਇਰੈਕਟਰ ਬਣਨਾ ਜ਼ਰੂਰ ਸੋਚਦੇ ਨੇਗੇ। ਸੋ ਉਹ ਗੱਲਾਂ ਆਪਾਂ ਇਹਨਾਂ ਦੀ ਅਗਲੀ ਗੱਲਬਾਤ ਦੇ ਵਿੱਚ ਕਰਾਂਗੇ, ਫਿਲਹਾਲ ਦੇ ਲਈ ਆਪਾਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਲੇਖਕ ਅਤੇ ਫਿਲਮ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ, ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੀ ਜਿਹੜੀ ਨਵੀਂ ਸ਼ਾਰਟ ਫਿਲਮ ਆਈ ਆ ਔਨਲਾਈਨ ਮਾਫੀਆ ਉਹਦੇ ਬਾਰੇ ਗੱਲਬਾਤ ਕਰ ਰਹੇ ਸੀ, ਅਤੇ ਹੁਣ ਤੱਕ ਦਾ ਉਹਨਾਂ ਦਾ ਸਫ਼ਰ ਫਿਲਮ ਇੰਡਸਟਰੀ ਦੇ ਵਿੱਚ ਕਿੱਦਾਂ ਦਾ ਰਿਹਾ, ਤੁਸੀਂ ਗੱਲਬਾਤ ਸਾਰੀ ਸੁਣੀ। ਅਗਰ ਤੁਸੀਂ ਇਹ ਫਿਲਮ ਨਹੀਂ ਵੇਖੀ ਤਾਂ ਤੁਸੀਂ ਯੂਟਿਊਬ 'ਤੇ ਜਾ ਕੇ ਜਾਂ ਫਿਰ ਸਿਮਰਨਜੀਤ ਸਿੰਘ ਹੁੰਦਲ ਹੋਰਾਂ ਦੇ ਫੇਸਬੁੱਕ ਪੇਜ 'ਤੇ ਜਾ ਕੇ ਉਹ ਫਿਲਮ ਵੇਖ ਸਕਦੇ ਹੋ, ਅਤੇ ਤੁਸੀਂ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਉਹਨਾਂ ਨੂੰ ਇਨਬੋਕਸ ਕਰ ਸਕਦੇ ਹੋ। ਬਾਕੀ ਨਿਊਜ਼ ਨੰਬਰ ਦੀ ਕੋਸ਼ਿਸ਼ ਰਹੇਗੀ ਕਿ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਜਾਂ ਫਿਰ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਜਿਨ੍ਹਾਂ ਦੇ ਵਿੱਚ ਕੋਈ ਵੀ ਕਲਾ, ਉਹਨਾਂ ਨੂੰ ਤੁਹਾਡੀ ਰੂਬਰੂ ਕੀਤਾ ਜਾਵੇ, ਅਤੇ ਇਸੇ ਕੋਸ਼ਿਸ਼ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਫਿਰ ਮਿਲਾਂਗੇ, ਰੱਬ ਰੱਖਾ।